जी प्यारे दोस्तों, अस्सलाम वालेकुम। सरेकी झोक टीवी दे इस स्पेशल प्रोग्राम एक शाम मुनीर ताज सिंह दे नाम अपने मेजबान अब्दुल रज़ाक जाहिद अते नज़र फरीद बोदला सिंह होनी दे नाल। दोस्तों, मुनीर ताज सिंह होनी ਸਾਡੀ ਸਰੈਕੀ ਫਿਲਮ ਇੰਡਸਟਰੀ, ਬਲਕਿ ਸਰੈਕੀ ਫਿਲਮ ਇੰਡਸਟਰੀ ਨਾ ਆਖੂੰ, ਸਾਡੀ ਪਾਕਿਸਤਾਨ ਫਿਲਮ ਇੰਡਸਟਰੀ, ਪਾਕਿਸਤਾਨ ਡਰਾਮਾ ਇੰਡਸਟਰੀ ਸਟੇਜ ਦੇ ਵਾਲੇ ਨਾਲ ਇੱਕ ਅਕੈਡਮੀ ਦਾ ਦਰਜਾ ਰੱਖਦੇ ਹਨ। ਸਾਕੂ ਫਖਰ ਏ, ਸਾਕੂ ਨਾਜ਼ ਏ, ਜੋ ਮੁਨੀਰ ਤਾਜ ਸਿੰਘ ਹੋਣੀ ਸਾਡੀ ਧਰਤੀ ਮੁਲਤਾਨ ਦੀ ਧਰਤੀ ਦੇ ਹਨ, ਅਤੇ ਅਸਾਂ ਇੰਨੇ ਦੀ ਧਰਤੀ ਦੇ ਹਾਂ, ਮੁਨੀਰ ਤਾਜ ਸਿੰਘ ਹੋਣੀ ਦੀ ਧਰਤੀ ਦੇ। ਸਾਡੇ ਸਰਮਾਇਆ ਹਨ, ਅੱਜ ਅਸਾਂ ਇਹਨਾਂ ਨਾਲ ਗੱਲ ਮੁਹਾਰ ਵੀ ਕਰੇ ਨੇ ਹੈ, ਔਰ ਇਹ ਸਿਲਸਿਲਾ ਸਾਡੇ ਚੈਨਲ 'ਤੇ ਚੱਲਦਾ ਰਹੇ ਸੀ। ਸਪੈਸ਼ਲ ਇਹ ਪ੍ਰੋਗਰਾਮ ਇੱਕ ਸ਼ਾਮ ਮੁਨੀਰ ਤਾਜ ਸਿੰਘ ਦੇ ਨਾਂ ਜੀ। ਅੱਜ ਦਾ ਇਹ ਐਜ਼ਾਜ਼ੀ ਪ੍ਰੋਗਰਾਮ ਸਹੀ ਮੁਨੀਰ ਤਾਜ ਸਿੰਘ ਹੋਰਾਂ ਦੇ ਨਾਂ ਜਿਹੜਾ ਤੁਸੀਂ ਦੇਦੇ ਪਿਓ, ਇਹ ਪ੍ਰੋਗਰਾਮ ਸਾਡੇ ਸਰੈਕੀ ਝੋਕ ਟੀ ਵੀ ਵਾਸਤੇ ਬਹੁਤ ਵੱਡਾ ਐਜ਼ਾਜ਼ ਹੈ, ਜੋ ਅੱਜ ਅਸਾਂ ਆਪਣੇ ਵਸੇਬ ਦਾ ਹੀਰੋ, ਮੁਲਕ ਪਾਕਿਸਤਾਨ ਦੇ ਹੀਰੋ ਸਹੀ ਮੁਨੀਰ ਤਾਜ ਸਾਹਿਬ ਹੋਰਾਂ ਦੀ ਕਦਮਾਂ 'ਚ, ਉਹਨਾਂ ਦੇ ਪਹਿਲੂ 'ਚ ਬਹਿ ਕੇ ਪ੍ਰੋਗਰਾਮ ਕਰਦੇ ਪਏ ਹਾਂ। ਇਹਨਾਂ ਦੀ ਮੁਹੱਬਤ ਹੈ ਔਰ ਇਹਨਾਂ ਦੇ ਕੀਮਤੀ ਵਕਤ ਦਾ ਸ਼ੁਕਰੀਆ ਅਦਾ ਕਰਦੇ ਹਾਂ ਕਿ ਇਹਨਾਂ ਆਪਣੇ ਕੀਮਤੀ ਵਕਤ ਨਾਲ ਸਾਕੋ ਟਾਈਮ ਕੀਮਤੀ ਵਕਤ ਸਾਕੋ ਨਵਾਜ਼ਿਆ, ਔਰ ਇਹਨਾਂ ਦੀ ਸ਼ਫਕਤ ਔਰ ਇਹਨਾਂ ਦੀ ਸਰਪ੍ਰਸਤੀ ਸਾਡੇ ਸਿਰ 'ਤੇ ਕਾਇਮ ਹੈ। ਅੱਲਾ ਪਾਕ ਇਹਨਾਂ ਦੀ ਸਰਪ੍ਰਸਤੀ, ਇਹਨਾਂ ਦਾ ਸਾਇਆ ਸਾਡੇ ਵਸੇਬ, ਸਾਡੇ ਪਾਕਿਸਤਾਨ 'ਤੇ ਕਾਇਮ ਰੱਖੇ। ਸਾਡੇ ਮੁਲਕ ਦਾ ਹਵਾਲਾ ਹਨ, ਬਲਕਿ ਸਾਡੇ ਮੁਲਕ ਦਾ ਨਾਂ ਪੂਰੀ ਦੁਨੀਆ 'ਚ ਇਹਨਾਂ ਰੋਸ਼ਨ ਕੀਤਾ। ਉਹ ਥੀਏਟਰ ਦਾ ਹਵਾਲਾ ਹੋਵੇ, ਉਹ PTV ਦਾ ਹਵਾਲਾ ਹੋਵੇ, ਉਹ ਫਿਲਮ ਇੰਡਸਟਰੀ ਦਾ ਹਵਾਲਾ ਹੋਵੇ, ਡਰਾਮੇ ਦਾ ਹਵਾਲਾ ਹੋਵੇ, ਉਹ ਆਪਣਾ ਮੁਕਾਮ ਆਪ ਰੱਖਦੇ ਹਨ ਹਰ ਸ਼ੋਬੇ ਦੇ ਵਿੱਚ। ਬਹੁਤ ਖੁਸ਼ੀ ਥਈ ਕਿ ਅੱਜ ਸਹੀ ਮੁਨੀਰ ਤਾਜ ਸਾਹਿਬ ਹੋਰਾਂ ਨਾਲ ਪ੍ਰੋਗਰਾਮ ਕਰਦੇ। ਨਜ਼ਰ ਫਰੀਦ ਬੋਦਲਾ ਸਹੀ, ਅਸਾਂ ਇਹ ਸਾਡਾ ਪਹਿਲਾ ਪ੍ਰੋਗਰਾਮ ਹੈ ਸਹੀ ਹੁਣ ਦੇ ਰਾਤ ਦੇ ਵਿੱਚ, ਇਹ ਪ੍ਰੋਗਰਾਮ ਹੀ ਮੈਂ ਚੱਲਦਾ ਰਹੇ ਸੀ। ਆਗਾਜ਼ ਕਰੇ ਸੋ ਅਸਾਂ ਇਬਤਦਾ ਕੋਲੋ, ਸਹੀ ਹੋਣੀ ਦੇ ਪਹਿਲੇ ਪਹਿਲੇ ਸਫ਼ਰ ਕੋਲੋ ਜੀ, ਅਤੇ ਇਵੇਂ ਵੱਲ ਜੁਲਸੂ ਪਏ ਅੱਗੇ। ਬਿਲਕੁਲ, ਪ੍ਰੋਗਰਾਮ ਦੀ ਜਿਹੜਾ ਪ੍ਰੋਗਰਾਮ ਦਾ ਖਾਸਾ ਹੈ ਉਹ ਵੀ ਇਹ ਹੈ ਕਿ ਅੱਜ ਇਹਨਾਂ ਦੀ ਸ਼ਖਸੀਅਤ 'ਤੇ ਪ੍ਰੋਗਰਾਮ ਦੇ ਵਿੱਚ ਨਾਲ ਨਾਲ ਗਾਲ ਮੁਹਾਰ ਦਾ ਸਿਲਸਿਲਾ ਵੀ ਜਾਰੀ ਰਹੇ ਹੋਏ ਸੀ, ਔਰ ਇਹਨਾਂ ਕਨੇ ਇਹਨਾਂ ਦੇ ਜ਼ਿੰਦਗੀ ਦਾ ਜੋ ਫਿਲਮੀ ਕੈਰੀਅਰ ਹੈ, ਉਹ ਕੈਰੀਅਰ ਦੇ ਬਾਰੇ ਵੀ ਡਿਸਕਸ ਦਿੰਦੀ ਰਹੇ। ਅੱਛਾ ਮੁਰਸ਼ਿਦ ਮੁਨੀਰ ਤਾਜ ਸਿੰਘ, ਸਭ ਤੋਂ ਪਹਿਲੇ ਤਾਂ ਜਨਾਬ ਹੋਣੀ ਦਾ ਸ਼ੁਕਰੀਆ ਜੋ ਤੁਸੀਂ ਸਾਕੂ ਟਾਈਮ ਦਿੱਤਾ, ਔਰ ਸਾਕੂ ਫਖਰ ਹੈ ਕਿ ਅਸਾਂ ਅੱਜ ਮੁਨੀਰ ਤਾਜ ਸਿੰਘ ਹੋਣੀ ਦੇ ਨਾਲ। ਦੋਸਤੋ, ਸਾਕੂ ਫਖਰ ਹੈ, ਫਖਰ ਕੋਲੋਂ ਅਸਾਂ ਮੰਨਦੇ ਨਹੀਂ ਕਿ ਅਸਾਂ ਅੱਜ ਮੁਨੀਰ ਤਾਜ ਸਿੰਘ ਹੋਣੀ ਦੇ ਨਾਲ ਬੈਠੇ ਹਾਂ। ਸੁਣਾ ਸਿੰਘ, ਤੁਸੀਂ ਆਪਣਾ ਆਗਾਜ਼ ਜਿਹੜਾ ਹੈ ਸ਼ੋਬਿਸ ਦੇ ਵਿੱਚ ਕਿਹੜੇ ਸਨ ਕੋਲੋਂ ਕੀਤਾ ਅਤੇ ਕਿਵੇਂ ਆਗਾਜ਼ ਸ਼ੁਰੂ ਕੀਤਾ? ਮੈਂ ਸਭ ਤੋਂ ਪਹਿਲੇ ਤਾਂ ਤੁਹਾਡਾ ਸ਼ੁਕਰੀਆ ਅਦਾ ਕਰਦਾ ਕਿ ਤੁਸੀਂ ਮੈਨੂੰ ਕਾਬਿਲ ਸਮਝੇ ਅੱਜ ਮੈਂ ਆਇਆ ਬੈਠਾ ਤੁਹਾਡੇ ਚੈਨਲ 'ਤੇ, ਤੁਹਾਡੇ ਪ੍ਰੋਗਰਾਮ ਵਿੱਚ ਸ਼ਾਮਿਲ, ਔਰ ਇਤਨੀ ਤਾਰੀਫ ਤੁਸੀਂ ਕਰ ਦਿੱਤੀ ਜਿਹੜੀ ਤਾਰੀਫ ਦੇ ਮੈਂ ਕਾਬਿਲ ਬਿਲਕੁਲ ਕੋਈ ਨਹੀਂ। ਮੈਂ ਦੂਜਾ ਪਾਸੇ ਨਾ ਵੈਸਾਂ ਅਤੇ ਆਦਮੀ ਜਾਂ ਫਿਰ ਕੋਈ ਵੀ ਫਿਲਮਕਾਰ ਹੋਵੇ ਉਹਦੇ ਬਾਰੇ ਕੋਈ ਦੋ ਚਾਰ ਕਲਮਾਤ ਪੇਸ਼ ਕਰਦੇ ਤਾਂ ਆਪਣੇ ਆਪ ਤੋਂ ਬੈਠ ਸੀ ਬਹਿੰਦੇ। ਮੈਂ ਆਪਣੇ ਆਪ ਤੋਂ ਬੈਠ ਸੀ ਹੋਣ ਲੱਗਦਾ, ਮੇਰਾ ਅੰਦਰ ਦਾ ਜਿਹੜਾ ਮੁਨੀਰ ਅਹਿਮਦ ਹੈ ਉਹ ਮੇਰੇ ਨਾਲ ਕਈ ਕਈ ਵਾਰੀ ਗਾਲ ਕਰਦੇ ਤਾਂ ਉਹ ਮੈਨੂੰ ਵਾਦੇ ਕਿ ਉਹ ਕਾਤੇ 'ਚ ਰਹੇ। ਮੈਂ ਮੁਨੀਰ ਤਾਜ ਡਰਾਮੈਟਿਕ ਨਾਮ ਹੈ ਮੇਰਾ, ਅਸਲ ਨਾਮ ਮੇਰਾ ਮੁਨੀਰ ਅਹਿਮਦ ਹੈ। ਮੈਂ ਵੱਲ ਕੁਝ ਸੋਚ ਕੇ ਜਵਾਬ ਦੇ ਸਾਂ ਅਤੇ ਦਿੰਦਾ ਰਹਿੰਦਾ ਕਿ ਇਹਦੀ ਬੜਾਈ ਵਾਲੀ ਕੋਈ ਗੱਲ ਨਹੀਂ। ਮੈਂ ਅਗਰ ਇਤਰਾਜ ਸਦਾਏ ਜਾਂ ਮੇਰੇ ਸੀਨੀਅਰ ਆ ਜਾਂ ਤੁਸੀਂ ਲੋਕ ਮੇਰੀ ਬੜੀ ਕੋਈ ਮੁਹੱਬਤ ਤੋਂ ਨਾ ਗਿਣਦੇ ਹੋ, ਮੇਰਾ ਐਹਤਰਾਮ ਕਰਦੇ ਹੋ, ਤਾਂ ਇਹਦੇ 'ਚ ਮੈਂ ਸਮਝਦਾ ਕਿ ਮੈਂ ਕਾਫੀ ਅਰਸਾ ਪਿੱਛਾਂ 'ਤੇ ਉਹਨਾਂ ਖਿਦਮਾਤ 'ਚ ਲਾਇਮ ਹੀ ਜਿਹੜਾ ਅੱਜ ਮੇਰੇ ਕੋਲ ਇੱਕ
ایوارڈ ملتا منیر سنگھ یہ گال بلا اتھوں شروع کرے سوں کہ اسا چھوٹے جہاں ہوندے آسے سرکار ہونی دے سی ڈی دے اتے ڈرامے دے دے آسے پہلے سٹیٹ ڈرامے بھی تمہارے سی ڈی تے ہن اچھا بلا ٹیلی فلم دی شکل سچی گال ہے سکو سوچ ہی کہنا ہے ذہن چ کہنا ہے کہ اسا منیر تاج سیونی نال کدی باس ہوئی میں آمنے سامنے واں گپ شپ لے سوں یا سارا اتنا پتہ نہیں اسا کتنا ایک دل کو اتنا خوش تھے بیٹھے اتنا خوش تھے بیٹھے حد تو زیادہ اچھا سیونی گال کریں دے پہن کہ تساں آغاز کڈن کولوں شروع کیتا غالباً کیڑے سن کولوں کیویں آغاز کیتا میں 1976 آئی غالباً ایک سٹیج ڈرامے میں کچھ چانس ملیا وہی میں ڈرامہ اتفاق نہ دسے نہ ونجا ذرا تھوڑا جہا میرے کو مزہ سی دسن وچ وی کہ میں ڈرامہ دیکھن گیا فیسٹیول تھی نا پی آرٹس کونسل وچ تے اولے او میرا خیال 82 ایچ آئی ڈرامہ یا 83 ایچ آئی میں آئی بارہ تے شوق میرے کو پہلے نہ آئی 75-76 نہ آئی اولے میں تعلیم تازی تازی میٹرک کلیئر کر کے ایف اے پرائیویٹ کرے تھا پیا گی اور یہ اندر تے جڑا فنکار ہوندے او بس مل میں گواد ہے کئی کو میل کئی کو میل جا میں وہ ٹیکسٹائل ملے سے جاب ہی کرے نامی پرائیویٹ طور تے اتھا ایک میکنیکل سٹاف تے وچ انور غوری صاحب پاکستان دا بہت بڑا نام ہے کامیڈی کنگ نو ان دور تے کامیڈی کنگ جڑا کو فیملی نے دے دیاں اج دے نہیں فیملی اللہ انہوں کو حیاتی دے ہوئی ٹائم وہ بیمار بھی ہیں اور فارغ کی مرض مبتلا شوگر ہے تو وہ ٹائم میں جب کم کرے دا تو میں ڈٹھا کہ یار ہی بندے کا جڑے میاں صاحبان ہیں میرے مالک انہوں کا کوئی سارا نہ اپنا گھر کا کوئی فنکشن ہو گیا تو ہوں کو آ دیا وہ سارا سیٹ کر اور ان کا ہوٹل اسٹیج تھے میں ایک جڑے آگ بٹور سر گور صاحب اج میرا دل آتا پہ کھانا کٹھے کھاؤں کھانا کھانے بیٹھے میں نہ آتے میں کسی اگر برا نہ محسوس کرو تب میں اپنا استاد بناونا چاہنا کیا جی کہتے تھا کم سیکھنا خراب تھا میں کسی خراب تھا کم نہیں سیکھنا میرے کو ایکٹنگ کا شوق ہے عمر انہوں نے حامی تو بھر دیتی لیکن جلے میرے کو گھن کے گئے جڑے آرٹسٹاں دے وچ عبدالسلام بزمی آئی جمیل سہیل ہوئے منیر ملک ہوئے فلاں جتنے بھی لوگ ہوں پرانے سینئر لوگ انہوں دے وچ میں ونجن تو پہلے تو دلیر بن کے گیا جلے انہوں دے وچ ون کے بیٹھا تو میرے کو نظر نہ پیا ہوئے کہ کیڑا ویلا ہوا میں باہر نکلنا تو گھر پہنچ گیا یعنی ہمت جواب دیتی پی صحیح لتاں کمڑ پے گئی ہیں جی میں بالکل یہ سوچ ہی نہ بھی سکتا کہ میں انہاں دے سامنے کیا بولے سا صحیح اور فیسٹیول چونکہ میں نہ پروگرام ہی ٹھیک بیٹھا ہوں اوتے کرتے دھرتے نمبر لوگ ہیں صحیح وہ ایسے اتفاق تھیا کہ میں جا فیسٹیول دیتا پیا ہوں ان دے وچ ایک خوبصورت ہیرو چٹا گورا اور ڈرامے دے وچ پاگل دا رول کرے دا پیا جدی شیپ بدی ہوئی پھٹے کپڑے اور مطلب چاچی ان کی ظلم کری تھی پی جائیداد نہ لیاؤن واسطے تھی اور کہتے پہ آخ توں کہ میں پاگل میرا چچا پاگل میری ماں پاگل میرا باپ پاگل اس طرح کی زبردستی تشدد کرتے پہ کہ وہ آخے وہ آخر تو مجبور ہے یادہ پہ آئی تھنے پہنتے پہ زبردست میں چونکہ دیہات آمی تو میرے کو یہ ظلم کو دے دیا برداشت نہ تھا تو میں رونا بیٹھا ہوں شاید پتہ نہیں اپنی کوئی میری اپنی کوئی زندگی نال تعلق سی ہوں رلتا میں بس میرے استاد میرے نال بیٹھے ہیں پوچھا میں کوئی ایکٹر بیٹھے ہیں یار آپ رو کیوں ہیں اور میں انہوں کہہ رہا تھا میں کیوں رونا بیٹھا ایک نیچرل چیز میں دیتا بیٹھا میرے کو کوئی ڈرامہ نہیں نظر آیا جبکہ اناؤنسمنٹ تھی چکی کہ آپ ڈرامہ دیکھی مقابلے بازی آئی تو ان سے میں جو نہیں تھا میں نانکہ گیا میرے کو تو میں جو انٹروڈکشن تھیا تو پاگل بندہ چٹا سونا کری شیپ
شرٹ پینٹ چ آیا کھڑا ہوا، وہ آخر لگی جس نے پاگل کدور کیا ہے وہ یہ صاحبان ہے، انہوں نے نہ چاہتا میں علی نہ نہیں گندا، مزہ سی انہوں نے اجرے نہ گندا، میرے کو شدت ہوئی کہ باہر آ کھڑو تو میرے کو ہاتھ ملا ہوئی ہاتھ چما، میں جوں جوں اندر باہر نکلوں تو دنیا کی پرستار کو ہاتھ ملنے نہیں پی، تو میں ہی ہاتھ ملاؤ واسطے اگا بتا، میں اگر دم چاہتا ہوں لیکن میری ہمت نہ تھی یہ اگے وجن دی انہاں ملن دی، تے بار بار اگا وجن لگنا پر پیچھے ٹھہر مینوں، یعنی ادھا رش ختم تھی گیا تے ان دے بعد میں ہمت کیتی میں اگا گیوں تے عجیب شلوار قمیض پرانی جوتا میں جی میں ہوتا تے جد میں کو اچھا السلام علیکم ہاتھ ملایا تو انہیں میں نال یہ ہاتھ ملایا اتنا چپا جا السلام السلام بس میں اگر تو نکل گیا ہوں لیکن میں جتھے لوگوں کو جفے پیدا کرائی لوگوں کو ہاتھ ملے نہ کرائی میرے کو دھوکھا آ گیا کہ یا اللہ میں کیا تیرا انسان نہیں تیرا پتہ نہیں یہ کیا ہی نہیں مطلب میں اتنی محبت کا اظہار میں تو محبت ملنا آیا تھی نہیں میں کیوں ملے اتوں میں نکل آیا میرے گھر کے رستے کے اتنے لمبے لمبے درخت ہوتے ہیں ریلوے اسٹیشن کے نال گلیاں کے بچوں نکلتا ہے میں درختوں کے کول پہنچا رات کا ٹائم آئی میں اتنا بہ گیا میرے پاس نہ آئی میرے کو نہیں پتا ہوں رات تو پچھلا پا رہا مت کوئی بلا آئے کوئی میں بہ گیا مطلب ذہن تے وہ خیالات سوار تھے رات کے ٹائم تو میں رویم رج کے رویم تو اتنے لگ چار آدھا پیا گیا یا تو میرے کوئی ایکٹر بنا ان کے سامنے یا میرے کو کچھ بشارت دس چاہ جو تیرے سونے لوگ تیرے تو بندے تیرے گئے آئے 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 میں سونے تے بندے نے جڑی گال چھڑ گئے تے رب کو قبولیاں تے دروازہ شاید کھلا آئی میں دوجے جڑے یہ سوچ سوچ کے ڈبل فاٹک پلتے آیا اتنا ہوٹل والا چار کئی چاہ ہوٹل میں تو بہ گئی چاہ چاہ پیتی ایک کپ چاہ تھا پیر تھیا مالک دے تھا اگلے بات یار بندہ کیوں نہیں پیا پینا چاہ یا تو انتالیس چالیس سال پہلے کی گل ہے انتالیس چالیس سال پہلے سی خوشو لیکن دیکھیں انگلے سہی وہ آخر کا بھائی یار بھائی وہ چائے آپ کی ٹھنڈی ہو رہی ہے میں وہ اچانک یاد آیا کہ میں چائے پینا بیٹھا میں ہوں خیال نہیں چاہیے جنہیں میں کوئی عید بھی ملایا جی ہم اس میں چائے پیتا بیٹھا تو میرے برابر ایک کرسی تو تھے با خدا رات کا ٹائم ہے سچی گال کرنے لگ پیا اللہ زندگی نہیں اگر زندہ ہوتے اور اگر یہ دنیا تو ٹور گیا اللہ کو جنت تو نصیب کرے عبد الرشید نامی ایک ٹھیکیدار ہے یہ ریلوے کا اندھے کو ریلوے پاکستان پورے دی جڑی اسٹیشن تو کہیں کہ گاڑیاں دے اندر تک لائٹ ہوندی ہے انہاں ٹھیکا ہوں دے کو لائی بڑا پیسے آ لائی وہ تو چاہ بیٹھا پیندا ہی تو نال رہندا ہی ریلوے کوارٹر ایچ کہ ایک دی ملتان ایک دی جنگ ایک دی حیدرآباد ایک دی اتا ایک انہیں اچانک وہ دیتا بیٹھے تھے میں چاہ پیتا یہ سوچتے جو بیٹھا اتر اٹھ کے میرے کو آ بیٹھے یار میں چاہ پینا بیٹھا اور دوسری چائے منگوائیں بھائی میں نے کہا نہیں مہربانی یار آپ نے پہلی چائے ٹھنڈی کر دی میرا دل کر رہا ہے یار مہربانی نہیں یہ چائے لے آئیں تم باغی چاہ انہیں بیٹھے میں کو آخا کہ میں محسوس کر رہا ہوں وہاں سے دیکھ کر آپ کو کہ آپ کی کس نہ کسی سوچ میں بیٹھے ہیں اچھا میرا تھا اگر کچھ سوچ میں پریشانی ہے تو مجھے بتائیں شاید میں آپ کا حل بن جاؤں اور میں سوچ رہا ہوں کہ یار میں کیا دسا کیوں آخنا میں کئی پریشانی میں نے کہا جی آپ کا نام جی رشید ٹھیکے دار ہوں ریلوے کا آپ میرے لیے کیا کر سکتے ہیں میرے ایسے کئی دوست آتے ہیں جو مجھے ملتے ہیں تو کہہ تو ہر کوئی جاتا ہے پھر
ਨਹੀਂ ਆਪ ਬਤਾ ਮੈਂ ਦੱਸਿਆ ਮੈਂ ਕਿ ਜੀ ਮੈਂ ਗੱਲ ਕਿ ਹੁਣ ਫੈਸਟੀਵਲ ਖਤਮ ਥੇ ਕੁਛ ਮਹੀਨੇ ਪਹਿਲੇ ਥੇ ਔਰ ਸਾਡੇ ਸਟੇਜ ਦਾ ਬੜਾ ਖੂਬਸੂਰਤ ਨਾਮ ਬੜਾ ਖੂਬਸੂਰਤ ਫਿਲਮਕਾਰ ਉਹਦੇ ਮੈਂ ਕਰੈਕਟਰ ਤੋਂ ਮੈਂ ਮੁਤਾਸਰ ਸੀ ਅਤੇ ਮੈਂ ਉਹ ਹੱਥ ਮਿਲਾਉਣ ਵਾਸਤੇ ਦਿਲੋਂ ਗਿਆ ਜਜ਼ਬਾਤ ਇੱਥੇ ਟੁਕੜਾ ਮਿਲਾ ਹੱਥ ਪੂਰਾ ਨਹੀਂ ਮਿਲਾਇਆ ਹੱਥ ਪੂਰਾ ਨਹੀਂ ਮਿਲਾਇਆ ਅਤੇ ਮੈਨੂੰ ਦੁੱਖ ਲੱਗੇ ਅਤੇ ਮੈਂ ਆ ਕੇ ਕਾਸ਼ ਮੈਂ ਐਕਟਰ ਬਣ ਕੇ ਇਹਦੇ ਸਾਹਮਣੇ ਆਵਾਂ ਲੇਕਿਨ ਮੇਰੀ ਹੈਸੀਅਤ ਕੋਈ ਨਹੀਂ ਉਹਨੇ ਮੈਨੂੰ ਕਾਰਡ ਆਪਣਾ ਦੇ ਦਿੱਤਾ ਵਿਜ਼ਿਟਿੰਗ ਕਾਰਡ ਮੈਂ ਦੂਜੇ ਦਿਹਾੜੇ ਸਵੇਰੇ ਉਹਦੇ ਕੁਆਟਰ 'ਤੇ ਪਹੁੰਚ ਗਿਆ ਉੱਥੇ ਪਹੁੰਚ ਕੇ ਮੈਂ ਸਲਾਮ ਦੁਆ ਕੀਤੀ ਵਾ ਕਰਨਾ ਕਿ ਬਹਿ ਵਜੋ ਦੋ ਚਾਰ ਗਾਲੀ ਉੱਥੇ ਮੈਂ ਗੁਜ਼ਰੇ ਹਕੀਕਤ ਦੱਸਿਆ ਉਹਨੇ ਦਰਵਾਜ਼ਾ ਬੰਦ ਕਰ ਦਿੱਤਾ ਉਹਨੇ ਇੱਕ ਰੋਟੀ ਤੈਨੂੰ ਤਿੰਨ ਦਿਨ ਤਿੰਨ ਟਾਈਮ ਦੀ ਇੱਥੇ ਮਿਲੇਗੀ ਚਾਹ ਇੱਥੇ ਮਿਲੇਗੀ ਰਜਿਸਟਰ ਇੱਥੇ ਮਿਲੇਗਾ ਕਲਮ ਇੱਥੇ ਮਿਲੇਗੀ ਤੇਰਾ ਜੋ ਜ਼ਿਹਨ 'ਚ ਆਉਂਦਾ ਡਰਾਮਾ ਲਿਖਣ ਦੀ ਕੋਸ਼ਿਸ਼ ਕਰ ਅਤੇ ਮੈਂ ਤਰੇ ਦਿਨ ਦੇ ਅੰਦਰ ਅੰਦਰ ਚੌਥਾ ਦੀ ਪੂਰਾ ਨਹੀਂ ਲੱਗਣ ਦਿੱਤਾ ਅਤੇ ਮੈਂ ਲਿਖਿਆ ਹੀ ਡਰਾਮਾ ਜਮ ਜਮ ਆਓ ਜਮ ਜਮ ਆਓ ਜਮ ਜਮ ਆਓ ਜਮ ਜਮ ਪੂਰੇ ਪਾਕਿਸਤਾਨੀ ਕ੍ਰਿਕਟ ਰਾਮ ਜਸ ਰੈਂਕੀ ਦਾ ਵੀ ਹੈ ਜਮ ਜਮ ਆਓ ਜਿਹੜੀ ਖੁਸ਼ ਆਮਦੀ ਵੈਲਕਮ ਮੈਂ ਉਹ ਅਤਾ ਹੀ ਉਹਨਾਂ ਡਾਕਟਰਾਂ 'ਤੇ ਲਿਖਿਆ ਜੇ ਹੈਰੋਇਨ ਪਾਊਡਰ ਵੇਚਣ ਦੀ ਖਾਤਰ ਲੋਕਾਂ ਨੂੰ ਅਦਵਿਆਤ ਦੇ ਬਹਾਨੇ ਦੋ ਨੰਬਰ ਕੰਮ ਇਹ ਨਹੀਂ ਸੋਚਦੇ ਕਿ ਸਾਡੇ ਆਪਣਾ ਪੁੱਤਰ ਵੀ ਖਲੇ ਡਹਿ ਸਕਦੇ ਮੈਂ ਲਿਖ ਬੈਠਾ ਜਦੋਂ ਕਾਸਟਿੰਗ ਕੀਤੀ ਤਾਂ ਸਭ ਤੋਂ ਪਹਿਲਾਂ ਨਾਮ ਹੂੰ ਫੁਰਕਾਰ ਦਾ ਆਈ ਫੁਰਕਾਰ ਕੋ ਕਾਸਟ ਕਰਨ ਵਾਸਤੇ ਜਦੋਂ ਅਸਾਂ ਪਹੁੰਚੇ ਸੀ ਫੁਰਕਾਰ ਕੋ ਤਾਂ ਪਤਾ ਹੀ ਕੋਈ ਨਹੀਂ ਜੀ ਬਈ ਇਹ ਬੰਦਾ ਕੌਣ ਹੈ ਜੇ ਕੋਈ ਹੱਥ ਮਿਲੇ ਅਤੇ ਮੈਂ ਹੁਕਮਲ ਵੀ ਦੇਦਾ ਬੈਠਾ ਸਿੱਖ ਨਾਲ ਦੇਦਾ ਬੈਠਾ ਰੂਹ ਡਾਲ ਦੇਦਾ ਬੈਠਾ ਕਿ ਕਿਆ ਅੱਲਾ ਨੇ ਹੁੰਦਾ ਚਿਹਰਾ ਬਣਾਇਆ ਕਿਆ ਖੂਬਸੂਰਤ ਬਣਾਇਆ ਉਹਦੇ ਉਹ ਜਵਾਨੀ ਦੇ ਆਲਮ ਵਿੱਚ ਛੋਕਾ ਆਈ ਬਸ ਮੈਂ ਕਾਸ ਕਰ ਗਿਦਾ ਮੇਰੇ ਠੇਕੇਦਾਰ ਨੇ ਕੋਈ ਐਡਵਾਂਸ ਨਹੀਂ ਦਿੱਤੇ ਪੈਸੇ ਉਹਨੇ ਕਿ ਕੱਲ੍ਹ ਆਪ ਰਿਹਰਸਲ ਪਿਆ ਅੱਜ ਉਹ ਮੈਂ ਕੋਈ ਆਖਣਾ ਕਿਹਾ ਹੋਰ ਮੈਨੂੰ ਦੱਸ ਕੇ ਲਿਖ ਰਹੇ ਨੇ ਮੈਂ ਕਿ ਜਿਵੇਂ ਇੱਕ ਆਫਿਸ ਜਾ ਦੇ ਉਹ ਬਗੇ ਕਲਰ 'ਚ ਅੰਗਰੇਜ਼ ਜਾਂ ਲੱਗਦੇ ਤੇ ਉਹ ਵੀ ਜਿਵੇਂ ਦੂਤਰਾ ਬਹਿ ਜਾਣ ਉਹ ਸਭ ਕੁ ਤਾਂ ਉਹਨੇ ਮੇਰੇ ਮੇਰੀ ਫਰਮਾਇਸ਼ 'ਤੇ ਕਾਜ ਕਰ ਦਿੱਤਾ ਔਰ ਸਭ ਵੀ ਉਹ ਜਿਹੜੇ ਫੈਸਟੀਵਲ 'ਤੇ ਕੰਮ ਕਰੀਦੇ ਪੈਂਤੀ ਜਿਹਨਾਂ ਕੋਲ ਬਹਿ ਕੇ ਦੇਦਾ ਬੈਠਾ ਦੂਜੇ ਦਿਹਾੜੇ ਜਨਾਬ ਉਹ ਬੰਦਾ ਵੀ ਆ ਗਿਆ ਜਿਵੇਂ ਕੋਈ ਚੱਪਾ ਮਿਲਾਇਆ ਜੀ ਮੈਂ ਛੋਟਾ ਜਿਹਾ ਅਤੇ ਉਹ ਮੇਰੇ ਕੋਲ ਹੱਥ ਵੀ ਨਹੀਂ ਲਾ ਪਿਆ ਅਤੇ ਬਾਂਧਾ ਪਿਆ ਅਤੇ ਅਬਾ ਕਰਤੀ ਦੀ ਵੀ ਆਉਂਦੀ ਤੀ ਜੇ ਉਹ ਮੈਂ ਕੌਣ ਹਾਂ ਮੈਂ ਤਾਂ ਕੁਝ ਨਾ ਮੈਂ ਤਾਂ ਨਵਾਂ ਬੰਦਾ ਹਾਂ ਉਹਦੀ ਅਬਾ ਕਰਤੀ ਦੀ ਵੀ ਮੇਰੇ ਠੇਕੇਦਾਰ ਨੇ ਕੁਰਸੀ ਤੋਂ ਖੜੇ ਸੀ ਕਿ ਪਹਿਲੇ ਹਾਲ ਹਵਾਲ ਦਿੱਤਾ ਫਿਰ ਮੇਰਾ ਨਾਂ ਦੱਸਿਆ ਕਿ ਡਰਾਮਾ ਹੀ ਨਹੀਂ ਕਰਨ ਦੀ ਕੋਸ਼ਿਸ਼ ਕੀਤੀ ਅਤੇ ਡਰਾਮੇ ਨੂੰ ਐਜ਼ ਅ ਰਾਈਟਰ ਇਹ ਚਲੇ ਸਨ ਐਜ਼ ਡਾਇਰੈਕਟਰ ਵੀ ਜਬਕਿ ਮੇਰੇ ਕੋਲ ਪਤਾ ਨਹੀਂ ਰਾਈਟਰ ਹੁੰਦਾ ਜਾਂ ਡਾਇਰੈਕਟਰ ਹੁੰਦਾ ਜੀ ਬਸ ਉਹ ਸਾਰੇ ਦੋਸਤ ਮਿਲ ਗਏ ਜਿਨ੍ਹਾਂ ਨੇ ਬਹਿ ਕੇ ਥੋੜ੍ਹੀ ਜਿਹੀ ਰੀਡਿੰਗ ਕੀਤੀ ਰੀਡਿੰਗ ਦੇ ਬਾਅਦ ਜਦੋਂ ਉੱਠੀ ਕਿ ਉਹ ਘਰ ਵਜਣ ਲੱਗੇ ਮੈਂ ਕਿ ਸਰ ਅੱਜ ਤੋਂ ਮੁਝੇ ਹੱਥ ਮਿਲਾਵੇ ਖੈਰ ਉਹਨੇ ਹੱਥ ਤਾਂ ਮਿਲਾਇਆ ਹੈਰਾਨ ਹੋਵੇ ਕਿ ਕਿਉਂ ਆਦਾ ਪਿਆ ਉਹ ਪਤਾ ਕਹਿ ਨਹੀਂ ਉਹ ਗੱਲ ਯਾਦ ਕਹਿਣਾ ਆਈ ਨਾ ਮੈਂ ਕਿ ਸਰ ਮੈਂ ਪਹਿਲੇ ਦਿਨ ਆਪਕਾ ਡਰਾਮਾ ਦੇਖਣੇ ਆਇਆ ਮੈਨੂੰ ਪਤਾ ਨਹੀਂ ਤਾਂ ਸਟੇਜ ਡਰਾਮਾ ਕਿਸੇ ਕਹਿੰਦੇ ਹੈ ਔਰ ਮੈਂ ਆਪਕਾ ਡਰਾਮਾ ਦੇਖ ਰਿਹਾ ਥਾ ਤੋ ਆਪਸੇ ਮਿਲਣੇ ਕਾ ਇਸ਼ਤਿਹਾਰ ਥਾ ਇਸ ਤਰ੍ਹਾਂ ਥਾ ਇਸ ਤਰ੍ਹਾਂ ਥਾ ਆਪ ਸੋਚ ਨਹੀਂ ਸਕਦੇ ਮੈਂ ਮੁਹੱਬਤੋਂ ਸੇ ਹਿੰਮਤ ਨਾ ਕਰਦੇ ਹੋਏ ਆਗੇ ਬੜਾ ਔਰ ਆਪਕੋ ਦੇਖਾ ਤਾਂ ਹੱਥ ਮਿਲਾਇਆ ਲੇਕਿਨ ਆਪਣੇ ਇਤਨਾ ਸਾਥ ਮਿਲਾਇਆ ਥਾ ਔਰ ਮੈਂ ਉਸ ਰਾਤ ਬੜਾ ਰੋਇਆ ਥਾ ਔਰ ਅੱਲਾਹ ਸੇ ਬਾਰ ਬਾਰ ਕਹਾ ਥਾ ਕਿ ਬਤਾਓ ਉਹ ਆਦਮੀ ਉਹ ਬੰਦਾ ਤੇਰਾ ਥਾ ਤੋ ਮੈਂ ਨਹੀਂ ਥਾ ਬੰਦਾ ਤੋ ਅੱਜ ਮੁਝੇ ਅੱਲਾਹ ਨੇ ਤਾਕਤ ਦੀ ਇੱਕ ਆਦਮੀ ਮਿਲ ਗਿਆ ਤੋ ਮੈਂ ਆਪਕੋ ਕਾਸਟ ਕਰਦੇ ਆਇਆ ਹੂੰ ਜੀ ਕਾਸਟ ਹੋ ਗਿਆ ਸਭ ਕੁਛ ਹੋ ਗਿਆ ਅਬ ਰਿਹਰਸਲ ਸ਼ੁਰੂ ਹੋਏ ਜਬ ਆਖਰੀ ਰਿਹਰਸਲ ਥੀ ਤੋ ਮੇਰੇ ਨਾਮ ਕਾ ਤੋ ਪਹਿਲੇ ਦਿਨ ਪਤਾ ਚੱਲ ਗਿਆ ਕਿ ਇਸੇ ਮੁਨੀਰ ਤਾਜ ਕਹਿੰਦੇ ਹੈ ਫਿਰ ਮੈਂ ਉਸੇ ਦਾਵਤ ਦੀ ਆਪਣੇ ਘਰ
وہ ہیرو کو ہاں جی جب میں نے اپنے گھر دعوت دی تو صاحب کسی کے ساتھ اس ایریے میں آئے تھے کبھی جب میں پیچھے گیا تھا تو اس جگہ سے ہو کر گئے تھے, کہنے لگے یہاں کوئی پیپل کا درخت نہیں تھا. میں نے کہا جی, میں نے کہا آپ کو پیپل کا درخت تو یاد ہے, آپ کو یہ یاد نہیں یہ کون ہے جو مجھے دعوت دے کے آیا. میرا نام منیر تاج ہے اور میں وہی بندہ ہوں کہ آپ کو ملنے کے لیے آگے بڑھا اور آپ نے چپا ملا تھا, اور اگر چپا آپ ملا لیتے تو میں پرستار کی حیثیت سے اور کوئی کام کر لیتا, لیکن آپ نے نہ ملایا تو وہ ضد وہ ضد مجھے لے بیٹھی کہ میں آج ایک ایکٹر بن گیا ہوں, رائٹر ڈائریکٹر. تو نام پھر بھی ابھی اسی کرنے میں نہیں بتاتا, بتاؤں گا. اب اس کی کاپی کرنے کے لیے, ڈرامے کا آغاز کرنے کے لیے میں گھر کی طرف گیا تو وہاں وہاں والے کے علاقے کے بچوں کو اکٹھا کر کے بیٹھا تھا, بھائی تم نے یہ کرنا ہے, تم نے یہ کرنا ہے, لڑکی کو لڑکی بنانا ہے اور فلاں بندہ یہ ظالم بن جائے وہ فلاں بن جائے. تو کوئی ظالم بندے کو میں نے کہا تم نے یہ کہنا ہے جو میں دیکھ کے آیا تھا, اور وہی پاگل کا میں پھٹے کپڑوں میں. تو میرے والد صاحب اس وقت زندہ تھے, حیات تھے. میرے والد صاحب کو کسی نے کہا ہم ذات کے قوم کے ملک ہوتے ہیں, تو میرے والد کو کہا جا کے کسی نے فلاں مسلیاں دا والے اتنے پت کالا تو پکڑ کے والوں تو پکڑ کے دھکے نہیں نکڑے تھنڈے مرے نکڑے تھوڑا پت آدھے ہاں ہاں میں پاگل, میری ماں پاگل, میرا باپ پاگل, میرا خاندان پاگل. میرا ابا بڑا مشہور ہوتا ہے پڑھائی دے تعلیم دے دوران جب میں سکول ناگا کرا تو میں کو کتنا انڈیا کھانا ہویا تو اپنے ہاتھ میں پیچھے بد کے آتا ہی میں سمجھتا ہوں ہاتھ بندیاں دے پیچھے اپنے, لیکن اڈو ہی لکائی ہوئی ہوتی ہے شکایت کی میں انٹری کر کے میدان عورتیں مرد پہلی بار بلے بلے میری تھی میں بھائی تو میرا خوش ہوں انٹری کر کے وہ کنات کے پیچھے پیچھے کناتا لایا کنات کے پیچھے پیچھے باہر کی جگہ میں اٹھا گیا بیٹھا تو کنات کے پیچھے ایک ہاتھ اگا آیا میرے کالر سے اور انہوں نے منتر کٹ کے آ کے جی بہ رہا تھا میں جیٹا تھا میرے والد صاحب میں ڈر دے والد جی میں بہر نکلو اللہ میرا جانتا پہ کت گیا ڈرامہ کت گیا ایکٹنگ. اچھا مرشد عمر ہے جس وقت تسان پہلے تا اپنی ایک رمزے چوسو انہوں نے کیا تھا اثرات تورے جیڑے ویلے کالر کو لوگ بس میں کہا آج نہیں بچ رہا تعلیم دے دوران جو بابا ڈویا مرے نہیں تھے آج نہیں بچتا میں گھر گر گیا گھر بن کے انہیں میری والدہ کو آ کے مریض دی ماں میں اکی نال نٹھے ہی نہیں آ کے میں پاگل میرے پاگل میری ماں پاگل میں جڑے مارانا ٹر لگا ادھی مار تو میں کھا گئی تھی ادھی اس میں آ گئی ابا جی تھوڑا جہا میری گال سن تک نہیں شاید میں چور چکا بنوں جاں یا شاید میں بدماش بنوں جاں شاید میرے ہاتھ کوئی بیا ایسا کم آ جائے جڑا تھوڑی بدنامی ہوئے بےزتی ہوئے میں فنکار کو ڈرامہ دی ایکٹنگ کرنا لے کے تو وہ کرنا کرا ہوں تو شوق آئی میں کو تو بس میں کو معاف کر دو آئندہ نہ تھی سی خیر انہوں نے مارے کٹیا نا تو چار دہاڑے بعد ہی میں شمشیر احمد ہاشمی صاحب کے دوستان میرے بھی دوستان وہ میرے کو اتھا گھن گئے جڑے شمشیر احمد ہاشمی صاحب ماہ صاحب بولے جان السلام علیکم ریڈیو بولتا جی انہوں نے کول ملک عزیز صاحب تو ملک شمشیر احمد ہاشمی ماہ صاحب انہوں نے حوالے کیتا نے انہوں نے آڈیشن کیتا میری آواز ویسے ہی بھاری آئی وہ کہنے یار میری گڈ آواز ہے بس انہوں نے میرے کو ایڈجسٹ کیتا اور میں ایڈجسٹمنٹ پہلا فیچر ریڈیو تے کیتا شاید بائی ملوکا انہوں نے نہ آئی تو جتنا میں ریسر کرتا بیٹھا اندر سامنے کھڑکی کھڑکی تو باروں لان ہے تو لان وہ ایکٹر کرکٹ دی کٹ پا کے خوبصورت لگتا کھڑا کرکٹ کھڑا کھیلتا ریڈیو دی ٹیم بڑھا کے
جہے نے میرے کو خط ملایا جی. اور میرے کو ریڈیو ڈائریکٹر نے دسیا کہ یہ رول ادا ہے لیکن میں تیک دینا پیوں. میں اپنے نصیب سے بات ہے جہاں مندر آیا وہ گوا کرنے کے سوری یار یہ نو نو آئے تھے ڈائریکٹر کی انسپریشن آئے تو یہ پروگرام جی تری ریکارڈنگ کرنی ہے میں منیر تاج کو دینا پیوں. انہوں نے فراغ دینی کا مظاہرہ کیا کہ جی ٹھیک ہے جی میں کوئی تاز نہیں میں لگا ہوا گھر اجازت میں تو چلا گیا. میرا پہلا ٹاک آؤں ریڈیو دے سکرپٹ آیا پر جو نے میں یاد نہیں آیا ہوں کہ میں کہ جناب تسا غور کرو تسا آیا وے ملیا وے لنگیا وے شاید کہیں جلسے تے آیا وے ان کی اناؤنسمنٹ والے کو آئی میں ہاتھ ملاؤ واسطے آیا تسا ہاتھ نہیں ملایا میں فیسٹیول ڈرامے والے پاس آیا میں تو ہاتھ ملایا تسا ہاتھ نہیں ملایا میں اوہ بندہ جی میں اپنا نام دسیا منیر تاج تو ہوں میں دسا پیا ہوں نام کہ اج وہ دنیا دا سب تو پیارا بھائی سب تو پیارا میرا دوست سب تو پیارا میرا سینئر ساتھی سب تو پیارا رہنما جی میری بڑی رہنمائی کی تھی اور جی میں اگا اپنے نکلے ڈرامے تے بھی پی ٹی وی دے ڈرامے شامل کیتا اور اج اللہ مزید ترقی دے گی ٹائم جو ٹی وی کھڑا کر فرصت ہی کری تے او وڈے وڈے دلتر چ بہ گیا دے کہ منیر تاج جیسا منیر تاج جیسا ساکو وی تجسس وچ رکھے نا نا تے سارے ناظرین کو وی تجسس وچ رکھے ای تے چاشنی ای ہو تو پروگرام دا چارمنگ پیدا کرے نہیں ای او بات ہے بابا او 36000 بندے کو یو ادا ائی کے منیر تاج منیر تاج جیسا آرٹسٹ نہیں واہ. اچھا اونے بعد وقت کو اپنے سیریلز وچ مزید بھی رکھنا چاہندے میں کیتی کرا کس سیریل وی کیتی کرا ہوندے میرے سے نا لیکن او میں رکھنا چاہندا ہی لیکن دکھ تھی دائی کہ منیر تاج اپنے اپ تے ضائع کر دتے. مطلب کہ تواڈی زندگی انڈسٹریل سائیڈ تے گھن نہ ون دا جڑی وجہ ہے او او آرٹسٹ ہے وجہ او آرٹسٹ کیا ہی خوبصورت اور انہاں نے ہی سب مطلب کہ کیویں راضی کیتا اپنے والد محترم کو جی والد صاحب کو میں کیتا کہ میں جڑے ریڈیو دی او ڈرامہ فیچر کر رہا ہوں میں ابا جی کو اکثر ریڈیو دی شام کو 6:30 بجے پروگرام چلسی ہوتا تھا اور ابا جی ریڈیو دے سیلف ہوندیاں نو گھر کے بہ گئے نال دی وستی والے سارے کٹے تھی بیٹھے جڑے پروگرام وچ میری آواز آندی پئی آئی میری والد صاحب بڑے خوش تھے بیٹھے جڑے لاسٹ تے انہوں نے آکھا کہ کون کون فنکار ہے انہوں نے نام کیتا میرے ابا جی وال فخر بیٹھے کہ دن کے میرے پتر دا نام اج دسو اج تک کیندا نام آئی ہے بس وہ لوگ گھل مل گئے زیادہ دیر زندہ نہ رہ گئے نہیں تو جتا میں پہنچنا چاہتا ہوں تو پہنچا ہوئی ہاں اج ہوں تو شاید دیکھنا والدہ ہے والدہ دیکھو جگہ جڑے پروگرام میرے تھیں نے باقاعدہ جھوک دے بھی اور لیتی بیٹھی ہوں پروگرام اور وہ اپنے منہ یاد ہی بیٹھی ہے کہ انشاءاللہ پنجابی تے اردو جڑے چینل تے لوگ نکنا لہا لا کے ہٹ تھے پن تو کہیں کوئی گھٹ دے ان قریب ان قریب ان قریب میری ماں دا لفظ ہے ان قریب ان قریب ان قریب تو دے دھرا میں تک بے چینل کیچ کر گنسن سنیسن تو اتا وان کے شاید شروع تو بجنیا تو یہ نہ ہویا لیکن جدا سڑ کے واہ 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 کیا بات ہے کیا بات ہے جا یہ ہی کر کے اور میں تو سامنے جھوک کرنا بھی ہاں جھوک چونکہ صدا پربا رہے گی ہوں کوئی بھی ہو جڑا محنتی ہو جب اگلا بندہ پک نہ کرے غصہ تھا
ਇਵੇਂ ਹੀ ਕਰਕੇ ਮੈਂ ਵਾਪਸ ਹੂੰ ਜਾ ਤੇ ਆਵੇ ਨਾ ਜੀ ਤੂੰ ਜਿਹੜੇ ਬੰਦੇ ਨੂੰ ਦੇਖ ਕੇ ਬਈ ਫੀਲਡ ਦੇ ਵਿੱਚ ਆ ਜਾਓ ਅੱਜ ਮੇਰੇ ਵਾਸਤੇ ਕਾਬਿਲ ਇਤਰਾਮ ਹੈ ਯਕੀਨ ਕਰੋ ਯਕੀਨ ਕਰੋ ਯਕੀਨ ਕਰੋ ਅੱਜ ਉਹਦਾ ਬਾਹਣਾ ਮੇਰੇ ਨਾਲ ਇਵੇਂ ਹੈ ਕਿ ਅੱਲਾਹ ਨੇ ਇੰਨੀ ਟਾਈਮ ਪਾਕਿਸਤਾਨ ਔਰ ਪਾਕਿਸਤਾਨ ਦੇ ਬਾਹਰ ਦੇ ਮੁਲਕਾਂ 'ਚ ਬਹੁਤ ਬੜਾ ਨਾਮ ਦਿੱਤਾ ਹੋਇਆ ਲੇਕਿਨ ਮੈਂ ਜੋ ਅਕਸਰ ਇੱਥੇ ਬਹਿ ਕੇ ਯਾਰ ਆਪਾਂ ਬਹਿ ਨਹੀਂ ਇੱਥੇ ਬਹਿ ਕੇ ਦਾਲ ਮੂੰਗ ਖਾਂਦੇ ਦਾ ਬਗਾਸ ਉਹ ਥਾਂ ਹੀ ਬਾਸੀ ਦਾਲ ਮੂੰਗ ਉਹ ਇਹਨਾਂ ਅਸੀਂ ਤੂੰ ਸਿਰ ਚਾ ਕਿੱਧਰ ਨਹੀਂ ਚਾ ਉਵੇਂ ਬਹਿ ਸੀ ਉਹਦਾ ਨਾਂ ਸੀ ਉਹ ਐਕਟਰ ਦਾ ਨਾਂ ਹੈ ਸੈਯਦ ਮੋਹਸਿਨ ਗਿਲਾਨੀ ਸੈਯਦ ਮੋਹਸਿਨ ਗਿਲਾਨੀ ਅੱਜ ਵੀ ਮਾਸ਼ਾ ਅੱਲਾਹ ਖੂਬਸੂਰਤ ਹੈ ਲੇਕਿਨ ਜਿਹੜੇ ਉਹ ਆਪਣੀ ਜਵਾਨੀ 'ਚ ਅੱਜ ਤੋਂ 30-35 ਸਾਲ ਪਹਿਲੇ ਦੇਖੋ ਸਾ ਤਾਂ ਕਿਤਾ ਨਾ ਸੋਹਣਾ ਚਿੱਟਾ ਚੋਗਾ ਜੀ ਉਹ ਗੁਮਾਨ ਆਪਣੇ ਸੋਹਣਾ ਪਧਾਈ ਅਤੇ ਅਸਾਂ ਸਬਰ ਕਰ ਗਏ ਉਸੇ ਅਸਾਂ ਕਈ ਸ਼ਾਇ ਕਰੀ ਸੀ ਲੇਕਿਨ ਅੱਲਾਹ ਮੇਰੇ ਤਾਂ ਕਰਮ ਥਿਆ ਜੋ ਅੱਜ ਅੱਲਾਹ ਨੇ ਮੇਰੇ ਕੋਲ ਉਹ ਜਾਤ ਪਹੁੰਚਾ ਦਿੱਤੇ ਜਿਹੜੀ ਜਾਤ 70,000 ਬੰਦਾ ਬੈਠਾ ਹੋਵੇ ਤਾਂ ਉੱਥੇ ਆਖਰ ਦਿਨ ਤਿਆਰ ਥੀ ਵੈਂਦੇ ਕਿ ਮੈਨੂੰ ਇਤਰਾਜ ਜੈਸਾ ਐਕਟਰ ਨਹੀਂ ਖਾਨਦਾਨੀ ਪਸੇ ਮੰਜ਼ਰ ਵਾਲੇ ਪਾਸੇ ਆਸੂ ਕਿ ਕਿਤਨਾ ਭੈਣੀ ਬਿਰਾ ਆਵੇ ਅਸਾਂ ਸੀ 9 ਬਿਰਾ ਹੈ 2 ਭੈਣੀਆਂ ਮਾਸ਼ਾਅੱਲਾ 9 ਬਿਰਾ ਹੈ ਅਸਾਂ ਵੱਡਾ ਸਭ ਤੋਂ ਵੱਡਾ ਵਿਆਹ ਹੈ ਅਤੇ 2 ਭੈਣੀਆਂ ਵੱਲ ਅੱਬਾ ਜੀ ਫੌਤ ਹੀ ਗਏ ਭੈਣੀ ਦੀ ਸ਼ਾਦੀ ਕਰ ਦਿੱਤੀ ਪਰ ਸਭ ਬਿਰਾਵਾਂ ਦੀ ਹੁਣ ਆ ਕੇ ਆਖਰੀ ਛੋਟੇ ਦੀ ਸ਼ਾਦੀ ਹੁਣ ਆ ਗਈ ਬਿਰਾਵਾਂ ਜੋ ਯਾਨੀ ਕਿ ਵੱਡਾ ਵੱਡਾ ਤੁਸੀਂ ਆਏ ਵੇ ਜੀ ਵੱਡਾ ਬਿਰਾ ਮੈਂ ਸੀ ਵਾਹ ਵਾਹ ਤੂੰ ਤਾਂ ਆਜ਼ਾਦੀ ਇਸ ਤਰ੍ਹਾਂ ਦਾ ਮਿਲੇ ਤੁਹਾਡੇ ਤੋਂ ਪਹਿਲੇ ਤੁਹਾਡੇ ਖਾਨਦਾਨ ਵਿੱਚ ਕੋਈ ਐਕਟਰ ਪੈਦਾ ਸੀ ਇਹ ਤੁਸੀਂ ਵਾਹਿਦ ਖਾਨਦਾਨ ਇਤਫਾਕ ਦੀ ਗੱਲ ਹੈ ਇਤਫਾਕ ਦੀ ਗੱਲ ਹੈ ਜੋ ਅੱਲਾਹ ਮੀਆਂ ਨੇ ਮੇਰੇ ਕੋ ਕੁਆਲਿਟੀ ਦਿੱਤੀ ਜਾਂ ਆਵਾਜ਼ ਦਿੱਤੀ ਹੈ ਜਾਂ ਜੋ ਮੇਰਾ ਟੈਲੈਂਟ ਦਿੱਤੇ ਮੇਰੇ ਕੋਈ ਖੁਦਾ ਹੀ ਰਾਜ਼ ਹੁੰਦੇ ਅੱਲਾਹ ਤਾਲਾ ਦੀ ਤਰਫੋਂ ਕਰਮ ਆਉਂਦੇ ਜਾਂ ਅਦਾਕਾਰ ਹੀ ਜਾਂ ਨਹੀਂ ਬਾਕੀ ਸਭ ਝੂਠ ਹੈ ਐਸੇ ਫਲਾਣੇ ਉਸਤਾਦ ਨੇ ਮੈਂ ਤਰੀਕਾ ਦੱਸਾ ਹੀ ਇਹ ਫਲਾਣੇ ਉਸਤਾਦ ਨੇ ਸਹੀ ਯਾਰ ਕੋਈ ਕਬੱਡੀ ਦਾ ਮੈਦਾਨ ਜਾਂ ਕੁੱਕੜਾਂ ਦੀ ਲੜਾਈ ਹੈ ਜੋ ਦੱਸੇ ਸੀ ਉਹ ਜਾਂ ਖਰਾ ਧੱਕਾ ਮਠਾ ਦੱਸੇ ਸੀ ਜਾਂ ਉਸਤਾਦ ਦੱਸੇ ਸੀ ਨਹੀਂ ਉਹਦੇ ਅੰਦਰ ਅੱਲਾਹ ਪੈਦਾ ਕਰ ਦਿੰਦੇ ਹਾਂ ਉਹਦੀ ਰਹਿਨੁਮਾਈ ਕਰਨ ਵਾਸਤੇ ਉਹਦਾ ਸੀਨੀਅਰ ਸਾਥੀ ਰਹਿਨੁਮਾਈ ਕਰੇ ਦੇ ਤਾਂ ਮਜ਼ੀਦ ਅੱਛਾ ਬਣ ਸਕਦੇ ਸੰਵਰ ਸਕਦੇ ਸਾਡੀ ਪੂਰੀ ਬਿਰਾਦਰੀ ਤੱਕ ਦੂਰ ਤੱਕ ਜਿਹੜੇ ਪੁਰੀ ਚ ਗਏ ਕਮਰਿਆਂ ਚ ਉਹਨਾਂ ਤੱਕ ਕੋਈ ਫਨਕਾਰ ਨਾ ਆਈ ਸਿਰਫ ਮੈਂ ਬਸ ਜਨਾਬ ਹੁਣ ਇਹਨੇ ਔਲਾਦ ਕਿਤਨੀ ਹੈ ਕਿਤਨਾ ਬੇਟੇ ਜੀ ਇਹ ਵੀ ਥੋੜ੍ਹੇ ਜਿਹੇ ਹੁਣ ਦੱਸੇ ਦਾ ਜਲਾ ਦਿਲ ਤਾਂ ਤੁਸੀਂ ਅਕਸੂ ਯਾਰਾ ਸਾਹਿਬ ਚੰਗਾ ਹੀ ਖੋਲ ਬੈਠੇ ਜੋ ਇਹ ਤਾਂ ਆਪਣੇ ਲੋਕ ਖੋਲਣ ਬਹਿ ਗਏ ਹੁਣ ਔਲਾਦ ਦੀ ਗੱਲ ਆਈਏ ਤਾਂ ਮੇਰਾ ਇੱਕ ਘਰ ਮੇਰੀ ਚਾਚੇ ਦੀ ਦੀ ਆਈ ਮੇਰੀ ਬੀਵੀ ਉਹਦੇ 'ਚੋਂ ਮੇਰੇ 3 ਬੇਟੀਆਂ ਹਨ ਮੇਰਾ ਬੇਟਾ ਕਹਿਣਾ ਆਈ ਵੱਲ ਮੈਂ ਕਰਾਚੀ ਫੈਸਟੀਵਲ ਡਰਾਮਾ ਕਰਨ ਗਿਆ ਉੱਥੇ ਸਰੈਕੀ ਬੱਲੇ ਬੱਲੇ ਕਰਕੇ ਲੋਕਾਂ ਮੈਂ ਕੋਈ ਚਾਹ ਕੀਤਾ ਫੁੱਲਾਂ ਦੀਆਂ ਪੱਤਿਆਂ ਨਾਲ ਉੱਥੇ ਮੈਂ ਕੋਈ ਲੱਕਾ ਵੀ ਲਾਈ ਅਗਰ ਸਰੈਕੀ ਦਾ ਕੋਈ ਮੋਈਨ ਅਖਤਰ ਹੈ ਤਾਂ ਮਨੀਰ ਤਾਜ ਹੈ ਔਰ ਉਹ ਦੌਰਾਨ ਇੱਕ ਲੜਕੀ ਕੋ ਸਹਿਤ ਚਾਤੀ ਉਹ ਫੁੱਲਾਂ ਦਾ ਗੁਲਦਸਤਾ ਘਿਰ ਕੇ ਆਈ ਸਟੇਜ 'ਤੇ ਇੰਟਰੋਡਕਸ਼ਨ ਦੀ ਨਾ ਵੀ ਆਈ ਅਤੇ ਨੂਰ ਮੁਹੰਮਦ ਲਾਸ਼ਾਰੀ ਬੜਾ ਵੱਡਾ ਨਾਂ ਹੀ ਸਕੂਲ ਹੈਡ ਮਾਸਟਰ ਦਾ ਰੋਲ ਜੈ ਪੀ ਟੀ ਕਰਾਚੀ ਕੀਤਾ ਜੀ ਉਹਨੇ ਮੇਰਾ ਨਾਂ ਕੀਤਾ ਅਤੇ ਉਹ ਲੜਕੀ ਆਈ ਸਟੇਜ 'ਤੇ ਔਰ ਗੁਲਦਸਤਾ ਦੇ ਉਹਨੂੰ ਕਿਆ ਤਾੜੀਆਂ ਵੱਜ ਗਏ ਮੇਰੇ ਤਮਾਮ ਲੋਕਾਂ ਦੇ ਅਤੇ ਕੋਈ ਪੱਤਿਆ ਪਿਆ ਸੱਟੇ ਦੇ ਕੋਈ ਕਿਆ ਪਿਆ ਕਰੇ ਦੇ ਉੱਥਾਂ ਹੀ ਮੇਰੀ ਛੋਟੀ ਜਿਹੀ ਆਵਾਜ਼ ਮੇਰੇ ਕੰਨੇ 'ਚ ਆਈ ਆਈ ਕਿ ਆਈ ਲਵ ਯੂ ਦਿਹਾਤੀ ਲੋਕ ਸੀ ਸ਼ਹਿਰ ਦਾ ਸ਼ਹਿਰ ਦੀ ਰਾਣਾ ਲੈਣ ਇੱਕ ਮੇਰੀ ਵਲਾ ਮੈਂ ਠੱਗੀ 'ਚ ਗਿਆ ਆਈ ਲਵ ਯੂ ਦੇ ਨਾਂ 'ਤੇ ਇਹੋ ਜਿਹਾ ਠੱਗੀ 'ਚ ਗਿਆ ਕਿ ਬੈਨਾਂ ਦੀ ਠਾਪੀ 'ਚ ਮੇਰਾ ਘਰ ਵੀ ਜਿਸ ਵਕਤ ਆਈ ਲਵ ਯੂ ਦੀ ਆਵਾਜ਼ ਆਈ ਤੁਹਾਡੇ ਚਿਹਰੇ ਦਾ ਕਿਆ ਰੇਟ ਜੀ ਸਰ ਮੈਂ ਦੱਸਿੰਦਾ ਪਿਆ ਕਿ ਮੈਂ ਆਦਮ ਕਿ ਹੁਣੇ ਇੱਥੇ ਹੀ ਕੋਈ ਜਾ ਬਣਿਆ ਔਰ ਮੈਂ ਇੱਥੇ ਹੀ ਪੁਰੀ 'ਚ ਵਜਾਂ ਔਰ ਮੇਰਾ ਮਜ਼ਾਰ ਬਣ ਵਜੇ ਔਰ ਲੋਕ ਆ ਕੇ ਕੋਈ ਨਵਾਂ ਬਾਬਾ ਆਸ਼ਿਕ ਹੈ ਇਹ ਮੇਰੀ ਕੈਫੀਅਤ ਆਈ ਪਰ ਮੈਂ ਘਰ ਗਿਰ ਗਈ ਬਸ ਘਰ ਵੱਲ ਉੱਥਾ ਵਾਂਗ ਕਿ ਉਹਨੇ ਖਾਣਾ ਖਵਾਇਆ
اور ون سو نے ڈشن کھویا میرا دل ہی نہ کرے ملتان اور دے گل تو دے زندگی دے تلخ حقائق تو نکل دے ہیں رومانٹک والے ماحول وچ آ گئی ہے تا اے دسے سو آ تو قدرتی گئی ہے رومانٹک مینس والے پاسے جی محبت بھی زندگی وچ کہیں نال تھئی ہاں محبت دے بارے سن گئے کہ میں وہ بندہ بیٹھا جڑے جڑے بھی لوگ میں کنڈی تے ویسے بیٹھے ہو سن اے ضرور آکھ سن کہ شاید ایک گال سچ بول گئے جڑی اے ہے محبت دی جہاں تک گال ہے محبت تھیون لگدی آئی تے محبت کو میں ایکٹنگ وچ ڈائیلاگ وچ لپیٹ کے رکھ لیندا ہوں کہ کہیں دا تھینا نہ بالکل نہ تھینا لڑکی بیٹھی ہے جب تک متاثر نہیں تھی تب میں آنکھیں چ ہنجو کر دیتن ایک سیکنڈ ہنجو کر دیتن اوپر وچ گئی ہے انہیں آ کے آپ اس بجن میں ہوں آپ کی پر چھ مہینے سات مہینے آٹھ مہینے میرے نال رہی ہے میں کنارہ بدل گیا کیا یہ واحد ہے جے کو میں بدل نہ سکیا کراچی والی اچھا مجھے گال تے رک دی پئی تساں ون پون نے کھمنے والی جا تے پہنچ گیا میں اندر بس اندر بعد اور انہیں کوئی اظہار ایسا میں نل تھی میں قدرتی پھنس گیا مل اور یہ جب پھنس گیا ہوں کہ میں کو نہیں پتا ہو کہ لال شہباز قلندر دے چاہونا لیے یا اندر تے کوئی اثر ہوں دا بابا جی دا وہ رات ٹائم جو سمر دی باری آئی نا کہ اٹھی گئے انہیں اپنے بیڈ روم میں اٹھی گئے وہ بیڈ تے سوتی ہوئی تھی میں تلے فرش تے سوتا ہوا قالین تے نو ترے میں کوئی چیکن دیا باکان دیا رومن دیا آوازاں خطرناک جی تے میں اٹھ گیا ہوں میں ڈر پیا ہوں ڈر کے میں نے دیکھا میں کچھ نظر نہ آئے بس یہ سوچا ہوں ٹائم کہ یہ شدت چوسا کہ سویر دا سوچنا تھی میں بھاری ہو جائی تم تے او میں ای کرن پہ ای ای یعنی میرے کولا میں بیٹھوں بیٹھتے اور سندھی گال کرتے پہ تے میں کو نہیں پتہ کیا دے لیکن کچھ لفظ سندھی دے سرائکی نال مل جان تا میں سمجھ آوے دی کہ اٹھو اور اس سامنے جڑی ٹیپ ریکارڈر پہ اندے چ دھمال پاؤ سنگی میں اٹھی کے دھمال پا رہی تھی اور بیڈ تے اتنے بیٹھے بیٹھے انہوں نے دھمال کھیلنی شروع کر دی جڑے دھمال تو فارغ اینٹ ہے میں درد مارے گھٹن بہ گئی ہوں میں کہ آپ جو بھی ہیں میں پردیسی آدمی ہوں اور اگر کوئی مجھ سے غلطی سے ہوئی ہے یہ وہ انہوں نے مجھے یہ لازم نکلے کہ اساں یہ مرید ہے ساری کاٹھی 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 والے میں بعد پتہ لگا بھائی یہ مرید ہے گوادن کہ کاٹھی ہے ساری اور تین تین تبار کر بیٹھی اور تین نال پیار کر بیٹھی اتنا وعدہ کر جیویں دوجہ کو چھوڑندا ہے کلندری وعدہ کر حسینی وعدہ کر تو یہ کچھ چھوڑے سے نا کیا یادگار پہلو ڈسکس کریں بس میں ہاتھ نال ہاتھ ملا بیٹھا ہوں تو وعدہ کر بیٹھا ہوں کہ کلندر پاک دی قسم میں نہ چھوڑا نہ چھوڑا سا اوئے بس اون دی خاطر اونے میری خاطر ہی خاندان دی بدنامی چاہتی تینوں جا میرے تا گھر آلے رہائی میں ہوں پاس کتنے اپنے آپ ڈسٹرب کیتا ہے میں جاننا یا اللہ جان دے جلے گال کھول گئی میں آ گیا ہوں اور پتہ لگ گیا ہی اور میں نے ترے پوتراں تو میں جا ایک پوتر میں اپنے گھر کے نایا ہوں ملتان ای میری بیوی نال دا دل لگ گیا میں کہ میرا پوتر کوئی نہیں یار تے نو پوتر ہوں دے کولان وجہ نے لڑائی ساری تھائی پیک تے پہنچی ڈائیورس دا مسئلہ آ گیا میں ڈائیورس کھا لیتا ان دے بعد انہیں ایک لڑکا میرا وڈا بیٹا میرے کول شہباز وہ تو تلے چھوٹا عباس وہ ہوں دے کول عباس تو چھوٹا وقاس وہ ہوں دے کول تریجا یعنی دو ہوں دے کول ایک توارے کول جی تے دو ہی جو پاسے پڑتا کیا تھے کیا نہیں تھیا ہاری تک ساری سٹوری سب نہیں پتا انہیں جڑا سب تو چھوٹا وقاس ہی ستے پہ دی گردن کٹ لی تھی انہیں چھری نال آپ ہی بار رولا پا کے پولیس کٹھا کر کھڑی کہ میں سویرے نیند اٹھی کے باہر نکلے تو میرے بیٹے دی لاش پہ گردن کٹی گھر کی سیڑھیاں پولیس
ਤੁਰ ਪਈ ਕਰ ਮੈਂ ਇੱਥੇ ਮੁਲਤਾਨ ਹਾਂ ਕਿਉਂਕਿ ਡਾਈਵੋਰਸ ਆਈ ਅਤੇ ਵੱਲ ਇਵੇਂ ਕਰਕੇ ਜਿਹੜੇ ਉਹਨਾਂ ਨੇ ਪੁਲਿਸ ਵੀ ਤਮਾਮ ਜੇ ਕੋਈ ਸ਼ੱਕ ਨਹੀਂ ਮੈਂ ਪੁਲਿਸ ਦੀ ਅਜ਼ਮਤ ਕੋ ਸਲਾਮ ਕਰਾਂ ਕਿ ਪੁਲਿਸ ਬਾਜ਼ ਔਕਾਤ ਆਖਰੀ ਹਰਬੇ ਤੱਕ ਵੈਂਦੀ ਹੈ ਕਿ ਕਿਵੇਂ ਥੈ ਉਹਨਾਂ ਉਹਦੀ ਗਾਲ ਮਰਿੰਦੇ ਹੋਏ ਮੁਹੱਲੇ ਦੇ ਤਹਿ ਚਾਰ ਬੰਦੇ ਲਟਕਾਏ ਟੰਗੇ ਪੁੱਛ ਗੁੱਛ ਕੀਤੀ ਕਿਤਾਬ ਨਾ ਮਿਲਾ ਵੱਲ ਉਹਨਾਂ ਨੇ ਸੋਚਿਆ ਕਿ ਘਰ ਦੇ ਹੀ ਬੰਦੇ ਪੁਚਾਓ ਵੱਲ ਉਹਨਾਂ ਨੇ ਪਤਾ ਕੀਤਾ ਜਿਹੜਾ ਡਰਾਈਵਰ ਚੈੱਕ ਦਿੱਤੀ ਪਹਿਲੇ ਉਹ ਬੰਦਾ ਚਵਾਓ ਮੇਰੇ ਕੋਲ ਬੁਲਤਾਨ ਨੂੰ ਸੁਣਵਾਇਆ ਗਿਆ ਉੱਥੇ ਦੱਸਿਆ ਗਿਆ ਕਿ ਇਵੇਂ ਗਾਲ ਤੇਰੇ ਬੇਟੇ ਉਕੰਦਰ ਔਰ ਹੁਣ ਇਹ ਆਦਰ ਸਾਗੂ ਨਹੀਂ ਪੁੱਤ ਦੇ ਬਣਾ ਆਪ ਕਿਆ ਕਹਿਤੇ ਮੈਂ ਕਿ ਕੋਈ ਆਦਮੀ ਨਹੀਂ ਦੇ ਸਕਦਾ ਮਾਸੂਮ ਬਾਲ ਅੱਠ ਸਾਲਾਂ ਦਾ ਕਈ ਦਾ ਦਿਲ ਨਹੀਂ ਕਰ ਸਕਦਾ ਪਾਸੇ ਪਰਦਾ ਇਹਦੀ ਕੋਈ ਗਾਲ ਹੋਵੇ ਜਾਂ ਮੇਰੇ ਬਾਲ ਨੇ ਆਖਿਆ ਹੋਵੇ ਕਈ ਦਿਨ ਵਾਲੀ ਦਾ ਤਾਲੁਕ ਦੇਖ ਕੇ ਕਿ ਮੈਂ ਬਾਬੇ ਕੋਲ ਦੱਸੇ ਸਾਂ ਅਤੇ ਇਹਨੇ ਉਹ ਕੋਈ ਮਾਰ ਸੁੱਟਿਆ ਹੋਵੇ ਤਾਂ ਇਹ ਕਹਾਣੀ ਤਾਂ ਸਮਝ ਆਉਂਦੀ ਹੈ ਬਾਰਾਂ ਇਹ ਨਹੀਂ ਸਮਝ ਆਉਂਦੀ ਮੇਰੇ ਬੇਟਾ ਉਹ ਇਹ ਆਦਮੀ ਹਾਂ ਇਹ ਆਦਮੀ ਕਿ ਮੇਰੇ ਜਿੰਨਾਤ ਦੀ ਸਵਾਰੀ ਉਹਨੇ ਜਿੰਨਾਤ ਨੇ ਮਾਰੇ ਅਤੇ ਮੈਂ ਤਾਂ ਜਿੰਨਾਤ ਕਿਵੇਂ ਛੁਰੀ ਚਾਹ ਤਿਆਰ ਕੀਤੀ ਬਿਠਾਈ ਬੇਰਹਿਮ ਉਹ ਮਖਲੂਕ ਵੀ ਕਹਿਣੀ ਇਹ ਵੀ ਹਕੀਕਤ ਹਾਂਜੀ ਬੇਰਹਿਮ ਉਹ ਮਖਲੂਕ ਵੀ ਕਹਿਣੀ ਇਹ ਵੀ ਹਕੀਕਤ ਹੈ ਦੇਖੋ ਜਿੰਨੀ ਵੀ ਹੋ ਕਮ ਛੁਰੀ ਚਾਹ ਕੇ ਉਹਨਾਂ ਦੇ ਮਾਲ ਨੂੰ ਮਾਰ ਦੇ ਉਹਨੇ ਤੋਂ ਕੀ ਪਤਾ ਉਹ ਜਿਹੜੇ ਮੈਂ ਉਹਨਾਂ ਕੋਲ ਆਖੇ ਜੀ ਤੁਸੀਂ ਹੀ ਕੁਛ ਆਓ ਉਹ ਕੁਝ ਜਿਹੜੇ ਚਾਤੋ ਨੇ ਤੇ ਵੀਹ ਪੰਜੀ ਦਿਹਾੜੀ ਜਿਹੜਾ ਉਹਨਾਂ ਨੇ ਰਿਮਾਂਡ ਕੀਤਾ ਤੇ ਮਾਂ ਯਾਦ ਆ ਗਈ ਵੱਲ ਉਹਨਾਂ ਪਕੜ ਕੇ ਜੇਲ੍ਹ ਡਾਕ ਦਿੱਤਾ ਜੇਲ੍ਹ ਨੇ ਸਜ਼ਾ ਦੇ ਦਿੱਤੀ ਉਮਰ ਭਰ ਕੀ ਕੈਦ ਹੁਣ ਉਹਦੇ ਬਾਅਦ ਵੱਡਾ ਪੁੱਤ ਚੁੱਕੇ ਮੇਰੇ ਕੋਲ ਰਹਿੰਦਾ ਸੀ ਉਹ ਮਾਂ ਦੀ ਤੜਾ ਫਿਰ ਆਉਂਦਾ ਸੀ ਕਿ ਇੱਕ ਤਾਂ ਫਿਰਾ ਫਿਰਾ ਗਿਆ ਦੂਜਾ ਮਾਂ ਮੇਰੀ ਗਈ ਬਾਬਾ ਅੰਮਾ ਕੋ ਮਾਫ਼ ਕਰ ਗਏ ਮੈਂ ਬਸ ਹਾਲੀ ਵਿੱਚ ਸੋਚਿਆ ਚਾਹੁੰਦਾ ਵੀ ਤੇ ਉਹਦਾ ਖਾਨਦਾਨ ਆ ਗਿਆ ਬਾਈ ਟ੍ਰੇਨ ਸਫ਼ਰ ਕਰਕੇ ਮੇਰੀ ਵਾਲਦਾ ਦੇ ਕੋਲ ਆ ਕੇ ਪੇਰਾਂ ਦੇ ਉੱਤੇ ਪਹੁੰਚਣ ਰੱਖ ਦਿੱਤੇ ਨੇ ਕਿ ਸਾਗੂ ਮਾਫ਼ ਕਰ ਦਿਓ ਇੱਕ ਤਾਂ ਸਾਰਾ ਕਹਿੰਦੀ ਸਾਡੇ ਇੱਥੇ ਦਾ ਕਹਿੰਦੀ ਸਾਗੂ ਪਿਓ ਕੋਲ ਜ਼ਿਆਦਾ ਪਿਆਰ ਹੈ ਲੇਕਿਨ ਇਹ ਕਹਾਣੀ ਬਹੁਤ ਦੂਰ ਦੇ ਇਹ ਹੈ ਉਹ ਹੈ ਕਰਦੇ ਕਰਦੇ ਅੰਮਾ ਨੇ ਮੇਰੇ ਕੋਲ ਆਖਾ ਮੁਨੀਰਾ ਮੁਨੀਰਾ ਪਿਆਰ ਨਾਲ ਮੁਨੀਰਿਆ ਇੱਕ ਤਾਂ ਅੱਲਾਹ ਵਾਸਤੇ ਮਾਫ਼ ਕਰ ਦੇ ਦਿਹਾੜੇ ਕਿਆਮਤ ਦੇ ਰੋਜ਼ ਅੱਲਾ ਹੀ ਦੇ ਕੋਲ ਪੁੱਛੀ ਤੂੰ ਮਾਫ਼ ਕਰ ਲੈ ਮੈਂ ਹੱਕ ਚਲੀ ਜਿੱਦਾਂ ਪੇਸ਼ੈਂਟ ਬਹਿੰਦਾ ਉੱਥੇ ਜੱਜ ਦੇ ਸਾਹਮਣੇ ਜਿਹੜੇ ਮੈਂ ਆਖਿਆ ਕਿ ਮੇਰੀ ਵਾਲਦਾ ਨੇ ਮਾਫ਼ ਕਰ ਦਿਆ ਔਰ ਮੈਂ ਇਸ ਲਈ ਜਹਾਂ ਚੱਲ ਕੇ ਆਇਆ ਉਸੇ ਮਾਫ਼ ਕਰ ਲੈਣੀ ਇਹ ਛੋਟੇ ਛੋਟੇ ਹਾਥੀ ਮੇਰੇ ਹੱਥਕੜੀ ਨਾਲ ਛੋਟੇ ਛੋਟੇ ਹਾਥੀ ਜੋੜੀ ਬੈਠੀ ਆਈ ਮੇਰੇ ਦਿਲ ਦੀ ਕਿ ਪਤਾ ਨਹੀਂ ਕਿਆ ਆਖਦੇ ਵਿਆਹ ਨੂੰ ਅੱਜ ਘਰ ਲਿਆ ਦੀ ਮੈਨੂੰ ਲੇਕਿਨ ਉਹ ਜੱਜ ਨੇ ਬੜੀ ਵੱਡੀ ਮੈਂ ਤਾਂ ਬੜੀ ਵੱਡੀ ਗੱਲ ਕਰ ਦਿੱਤੀ ਕਿ ਸੁਣ ਲਓ ਇਹ ਆਦਮੀ ਤੁਹਾਡਾ ਮੁਝੇ ਹਸਬੈਂਡ ਨੇ ਜਿਸ ਕੱਲ੍ਹ ਤੁਮੇ ਛੋੜਾ ਤਾ ਉਸ ਵਕਤ ਵੀ ਤੁਮਨੇ ਇਸੇ ਮਾਰ ਦਿਆ ਥਾ ਇਸਕਾ ਬੇਟਾ ਮਾਰਾ ਤੋ ਫਿਰ ਵੀ ਇਹ ਮਰ ਗਿਆ ਥਾ ਔਰ ਆਜ ਤੁਮ ਮਰਨੇ ਲੱਗੀ ਹੋ ਤੁਮੇ ਵੋ ਸਜ਼ਾ ਮੇਰੀ ਕਲਮ ਦੇਣੇ ਵਾਲੀ ਹੈ ਜੋ ਤੁਮ ਘਰ ਨਹੀਂ ਜਾਓਗੀ ਤੁਹਾਡੀ ਲਾਸ਼ ਜਾਏਗੀ ਔਰ ਅੱਜ ਤੁਮੇ ਨਈ ਜ਼ਿੰਦਗੀ ਦੇਣੇ ਕੇ ਲਈ ਫਿਰ ਯਹੀ ਯਹੀ ਹੈ ਅਬ ਦੇ ਕੇ ਜਾ ਰਹਾ ਹੈ ਆਪਣੀ ਜ਼ਾਤ ਕਾ ਕਿਰਦਾਰ ਅਦਾ ਕਰ ਜਾ ਕੀ ਬਾਤ ਹੱਥਕੜੀ ਖੋਲ ਗਈ ਸਹੀ ਜਿਹੜੇ ਘਰ ਵਜਣ ਲੱਗੀ ਮੇਰੇ ਪੇਰੈਂਟ ਡੱਟੀ ਮੈਂ ਚਾਹ ਕੀਤਾ ਬਹਿ ਕੇ ਮੇਰੇ ਨਾਲ ਗੱਲ ਨਾ ਕਰੇ ਉਹ ਮੇਰੀ ਆਖਰੀ ਮੁਲਾਕਾਤ ਹੋਈ ਬਸ ਮੈਂ ਆਪਣੇ ਘਰ ਮੈਂ ਆਪਣੇ ਘਰ ਹਰ ਕਾਮਯਾਬ ਸ਼ਖਸ ਦੇ ਪਸੇ ਮੰਜ਼ਰ ਇਸ ਤਲਖ ਹਕੈਕ ਬਿਲਕੁਲ ਹੁੰਦੇ ਜੀ ਅਵਲ ਮੇਰੇ ਪੁੱਤ ਨੇ ਕਾਫੀ ਅਰਸਾ ਮੇਰੇ ਨਾਲ ਰਹਿ ਕੇ ਸਬੂਤ ਦਿੱਤਾ ਕਿ ਬਾਬਾ ਮੈਂ ਤੇ ਕੱਲਾ ਨਹੀਂ ਛੋੜੇਗਾ ਲੇਕਿਨ ਮੈਂ ਉਹ ਆਧਾ ਰਹਿੰਦਾ ਉਹਨਾਂ ਕਿ ਬੇਟਾ ਤੂੰ ਮੈਂ ਕੱਲਾ ਛੋੜਿਆ ਸੀ ਹੁਣ ਮੇਰਾ ਕੋਈ ਕਹਿ ਨਹੀਂ ਸਭ ਭੈਣ ਭਰਾ ਸਭ ਹੈ ਲੇਕਿਨ ਮੇਰੀ ਜ਼ਿੰਦਗੀ 'ਚ ਮੇਰੀ ਆਪਣੀ ਵਾਈਫ ਵਾਰਸ ਕੋ ਨਹੀਂ ਫੌਤੀ ਗਈ ਨਾ ਮੇਰੀ ਵਾਈਫ ਦੀਆਂ ਗੁਆਂ ਜਿਹੜੇ ਆਪਣੀ ਸ਼ਾਦੀ ਹੁੰਦੀ ਹੈ ਮੈਂ ਕੱਲਾ ਤੋ ਆਖਣ ਲੱਗਾ ਕੋਈ ਨਾ ਬਾਬਾ ਤੈਨੂੰ ਨਾ ਛੋੜੇ ਸੀ ਔਰ ਅੱਜ ਦਾ ਦੌਰ ਐਸਾ ਆ ਗਿਆ ਮਾਸ਼ਾਅੱਲਾ ਮੈਂ ਕੱਲੇ ਵਕਤ ਗੁਜ਼ਰਦਾ ਪਿਆ ਮੇਰਾ ਖੁਦਾ ਤੋਂ ਇਸ ਵਕਤ ਕੋਈ ਕਹਿ ਨਹੀਂ ਅੱਲਾਹ ਪਾਕ ਤੋਂ ਕੋਈ ਹੌਸਲਾ ਦੇਵੇ ਅੱਲਾਹ ਪਾਕ ਤੋਂ ਕੋਈ ਹਿੰਮਤ ਔਰ ਬਰਦਾਸ਼ਤ ਦੇਵੇ ਇੰਨੀ ਕੰਡੀਸ਼ਨ 'ਤੇ ਆ ਕੇ ਐਡਾ ਵੱਡਾ ਫਨਕਾਰ ਹਕੀਕਤ ਦਾ ਜ਼ਿੰਦਾ ਰਹਿਣਾ ਵੀ ਮੁਸ਼ਕਿਲ ਥੀ ਵੈਂਦੀ ਉਹਦੇ ਬਾਵਜੂਦ ਅਗਰ ਤੁਸੀਂ ਆਪਣੇ ਸੀਨੇ ਦੇ ਵਿੱਚ ਕਬਰਸਤਾਨ ਘਿਨ ਕੇ
ਐਡਾ ਵੱਡਾ ਹੌਸਲਾ ਨਾਲ ਤੁਸੀਂ ਗਿਣ ਕੇ ਅਗਰ ਜੀਂਦੇ ਪਏ ਹੋ ਤਾਂ ਉਹ ਤੁਹਾਡੇ ਪਿੱਛੇ ਪਸੇ ਮੰਜ਼ਰ ਵਿੱਚ ਮਾਂ ਦੀਆਂ ਦੁਆਵਾਂ ਹੀ ਹਨ ਜੀ ਜੀ ਜਿਹੜੀ ਤੁਹਾਡੀ ਵਾਲਦਾ ਮੁਹਤਰਮਾ ਅੱਲਾ ਉਹਨਾਂ ਕੋ ਵੀ ਹਯਾਤੀ ਦੇਵੇ ਉਮਰ ਆਮੀਨ ਆਮੀਨ ਜੀ ਉਹਨਾਂ ਕੋ ਸੁੱਖ ਸਿਹਤ ਦੇਵੇ ਉਹਨਾਂ ਦੀਆਂ ਦੁਆਵਾਂ ਹੀ ਤੁਹਾਨੂੰ ਗਿਣ ਕੇ ਵਧੀਆਂ ਆਪਣੇ ਸ਼ੌਕ ਤੋਂ ਆਪਣੇ ਫਿਲਮੀ ਕੈਰੀਅਰ ਆਪਣੇ ਸ਼ੋਬਿਜ਼ ਦੇ ਸ਼ੌਕ ਤੋਂ ਕਿੰਨਾ ਫੀਸਦ ਮੁਤਮਈਨ ਹੋ ਕਿ ਕਿੰਨਾ ਹਿਕ ਮੁਤਮਈਨ ਹੋ ਮੈਂ ਹੁੰਦੇ ਨਾ ਆਪਣੀ ਜ਼ਾਤ ਦਾ ਮੁਤਮਈਨ ਹੋ ਬੋਦਰਾ ਸਾਹਿਬ ਮੈਂ ਇਤਨਾ ਕੰਮ ਕਰ ਚੁੱਕਾ ਕਿ ਕੋਈ ਆਖੇ ਨਾ ਯਾਰ ਫਲਾਣਾ ਰੋਲ ਨਹੀਂ ਕੀਤਾ ਤੇ ਉਹ ਕਰ ਸ਼ਾਇਦ ਮੈਨੂੰ ਯਾਦ ਨਹੀਂ ਕਿ ਮੈਂ ਨਾ ਕੀਤਾ ਹੋਵੇ ਮੈਂ ਉਹੀ ਰੋਲ ਕਰ ਦਿੱਤੇ ਲੇਕਿਨ ਜਾਂ ਤੱਕ ਗੱਲ ਇਹ ਮੁਤਮਈਨ ਸੀ ਬਣਦੀ ਤਾਂ ਮੈਂ ਅੱਜ ਵੀ ਯਾਦ ਹਾਂ ਕਿ ਸ਼ਾਇਦ ਮੈਂ ਪਹਿਲੀ ਕਲਾਸ ਹਾਲੇ ਦੂਜੀ ਦਿਨ ਮੈਂ ਗਿਆ ਮੇਰੀ ਪਹਿਲੀ ਕਲਾਸ ਅਸਾਤਜ਼ਾ ਕਹਾ ਮੈਨੂੰ ਉਹ ਕੋਰਸ ਸਿੱਖਦੇ ਪਏ ਪਹਿਲੀ ਕਲਾਸ ਵਾਲਾ ਮੈਨੂੰ ਇਹ ਦੁਨੀਆ ਗਿਣ ਕੇ ਜ਼ੈਡ ਤੱਕ ਖਾਲੀ ਕਾਇਦੇ ਦਾ ਨਹੀਂ ਪਤਾ ਉਹ ਨਾ ਮੇਰੇ ਹੱਥਾਂ 'ਚੋਂ ਨਿਕਲੇ 22,000 ਉਹ ਪਾ ਲੈਣ ਜਿਹੜੇ ਅੱਜ ਦਾ ਉਸਤਾਦ ਵੀ ਬਣੇ ਹੁੰਦੇ ਨੇ ਲੋਕਾਂ ਦੇ ਔਰ ਉਹ ਸਿੱਖਦੇ ਹੁੰਦੇ ਨੇ ਮੈਂ ਖੁਦ ਸਿੱਖਣ ਦੇ ਕਾਬਿਲ ਹਾਂ ਮੈਂ ਸਿਖਾਉਣ ਦੇ ਕਾਬਿਲ ਕੀ ਜੀ ਨਾਜ਼ਰੀਨ ਦੇਖੋ ਕਿ ਇਹ ਇੱਕ ਐਕਟਰ ਦੀ ਕਹਾਣੀ ਹੈ ਜਿਹੜੀ ਰੀਅਲ ਉਹਨਾਂ ਦੀ ਦਿਲ ਦੀ ਆਵਾਜ਼ ਜਿਹੜੀ ਉਹਨਾਂ ਦੀ ਹਕੀਕਤ ਹੈ ਜਿਹੜੇ ਤੁਸੀਂ ਹੁਣ ਸੁਣਨ 'ਤੇ ਬੈਠੇ ਵੇ ਤੁਸੀਂ ਆਪ ਫੈਸਲਾ ਕਰੋ ਕਿ ਇੱਕ ਐਕਟਰ ਸਟੇਜ 'ਤੇ ਖੜਕ ਰਹੀ ਜਾਂ ਸੀ ਡੀ 'ਤੇ ਆਕ ਰਹੀ ਟੀ ਵੀ 'ਤੇ ਬਹਿਕ ਰਹੀ ਚੈਨਲ 'ਤੇ ਬਹਿਕ ਰਹੀ ਅਤੇ ਕਿਤਨਾ ਇੱਕ ਮੁਸਕਰਾਹਟ ਖਿਣ ਕੇ ਆਪਣੇ ਚਿਹਰੇ ਦੇ ਉੱਤੇ ਜਾਂ ਕਿਤਨਾ ਇੱਕ ਦੁਹਾਕੂ ਖਿਲਵਾਉਣ ਜਾਂ ਗੱਲ ਨਹੀਂ ਕਰਦੇ ਉਹਦੇ ਅੰਦਰ ਦੀ ਕਹਾਣੀ 'ਤੇ ਤੁਸੀਂ ਸੁਣੋ ਤੇ ਫੈਸਲਾ ਤੁਹਾਡਾ ਆਪਣਾ ਹੈ ਜੀ ਸੋਹਣਾ ਸਹੀ ਇਹ ਗੱਲ ਵੀ ਸੱਚ ਹੈ ਕਿ ਹੀ ਸਟੇਜ 'ਤੇ ਆ ਕੇ ਸ਼ੋਹਰਤ ਦੇ ਹੀ ਮਕਾਮ 'ਤੇ ਆ ਕੇ ਕੁਝ ਫਨਕਾਰ ਆਪਣੀ ਪਸੇ ਪਰਦਾ ਜਿਹੜੀ ਕਹਾਣੀ ਹੁੰਦੀ ਹੈ ਪਸੇ ਮੰਜ਼ਰ ਜੋ ਆਪਣੀ ਜ਼ਿੰਦਗੀ ਦੀ ਕਹਾਣੀ ਹੁੰਦੀ ਉਹ ਸ਼ੇਅਰ ਨਹੀਂ ਕਰਦੇ ਇਹ ਸਰਕਾਰਾਂ ਦਾ ਔਰਾਂ ਦਾ ਬੜਾ ਜ਼ਰਫ ਹੈ ਬੜਾ ਪਨ ਹੈ ਕਿ ਉਹ ਆਪਣੀ ਹਕੀਕਤ ਆਪਣੀ ਲਾਈਫ ਦੀ ਹਕੀਕਤ ਰੀਅਲ ਬਿਆਨ ਕਰਦੇ ਪੈਣ ਨਹੀਂ ਤਾਂ ਮੈਂ ਬਾਹਰਹਾ ਲੋਕਾਂ ਕੋਲ ਡਿੱਠੇ ਕਿ ਉਹਨਾਂ ਨੇ ਮਤਲਬ ਕਿ ਆਪਣੀ ਜ਼ਾਤ ਦੀ ਹਿਸਟਰੀ ਕੁਝ ਬਿਆਨ ਕਰਨੀ ਹੈ ਅਗਰ 1% ਦਿਨ ਤਾਂ ਉਹਨਾਂ 9% ਨਜ਼ਰ ਫਰੀਦ ਸਿੰਘ ਅਕਸਰੀਅਤ ਨਾਲ ਇਹ ਇੱਕ ਤਾਰੀਖ ਨਾਲ ਦੋਖਾ ਹੁੰਦੇ ਜਿਹੜਾ ਤਾਰੀਖ ਕੋ ਦੋਖਾ ਦੇਣ ਤਾਰੀਖ ਬਨਾਵਟੀ ਗੱਲ ਹੀ ਕਰ ਰਹੀ ਤੇ ਇਹ ਅਸਲ ਤਾਰੀਖ ਬੇਸ਼ੱਕ ਹੀ ਜੋ ਮੁਨੀਰ ਤਾਜ ਦੀ ਤਾਰੀਖ ਕੋ ਸੁਨਹਿਰੀ ਲਫ਼ਜ਼ਾਂ 'ਚ ਲਿਖਿਆ ਹੋਇਆ ਸੀ ਔਰ ਇਹ ਮਹਿਫੂਜ਼ ਤੀ ਬਣਾ ਲਈ ਆਏ ਔਰ ਸਰ ਮੇਰੇ ਰਿਸ਼ਤੇਦਾਰ ਹੈ ਲੋ ਬਾਬ ਮੈਂ ਕੋਈ ਇਹ ਕਿਆ ਦੇਣ ਕਿ ਤੇ ਕੋਈ ਇਹ ਫੀਲਡ ਨੇ ਸਾਰੀ ਜ਼ਿੰਦਗੀ ਕਿਆ ਲਿੱਤੇ ਔਰ ਬਾਬਰ ਥੀਏਟਰ ਮੁਲਤਾਨ ਦਾ ਡਾਇਰੈਕਟਰ ਯੂਸਫ ਕਾਮਰਾਨ ਸਾਹਿਬ ਔਰ ਉਹਨਾਂ ਦੇ ਨਾਲ ਉਹਨਾਂ ਦੇ ਸਟੇਜ ਆਰਟਿਸਟ ਨੇ ਰਮਜ਼ਾਨ ਸ਼ਹਿਜ਼ਾਦ ਇਹਨਾਂ ਦੋ ਬੰਦੇ ਨੇ ਰਲ ਕੇ ਮੇਰੇ ਕੋਲ ਉਮਰਾ ਕਰਵਾਇਆ ਔਰ ਮੈਂ ਉਮਰਾ ਕਰਕੇ ਜੇ ਲਿਆਇਆ ਤਾਂ ਮੈਂ ਆਪਣੇ ਘਰ ਕੋਲ ਗਿਰ ਕੇ ਖਾਨਦਾਨ ਤੱਕ ਆ ਕੇ ਕਿ ਸ਼ਾਇਦ ਖਾਨਦਾਨ ਮੇਰਾ ਸਾਰੀ ਜ਼ਿੰਦਗੀ ਦਾ ਰਿਹਾ ਮੇਰੇ ਕੋਲ ਮੇਰੀ ਫੀਲਡ ਨੇ ਇਹ ਕੁਝ ਦਿੱਤੀ ਔਰ ਮੇਰੀ ਫੀਲਡ ਨੇ ਉਹ ਕੁਝ ਦਿੱਤੇ ਜੇ ਮੈਂ ਅੱਲਾਹ ਦੇ ਖਾਨਾ ਕਾਬਾ ਦੀ ਜ਼ਿਆਰਤ ਕਰਕੇ ਗਲੈਫ ਕੋ ਪਕੜ ਕੇ ਆਇਆ ਹਜ਼ੂਰ ਦੀ ਜ਼ਿਆਰਤਾਂ ਕਰਕੇ ਆਇਆ ਮੈਂ ਸੋਚਿਆ ਹੀ ਨਾ ਔਰ ਮੇਰੇ ਕੋਲ 1 ਰੁਪਇਆ ਕਿਆ ਨਹੀਂ 1 ਰੁਪਇਆ ਸਭ ਉਹਨਾਂ ਨੇ ਬਦਵਾਸ ਕਰਕੇ ਭੇਜਿਆ ਮੁਰਸ਼ਦ ਉਹਨਾਂ ਦਾ ਬੜਾ ਪਨ ਹੈ ਨਹੀਂ ਤਾਂ ਜ਼ਿੰਦਗੀ ਦੇ ਵਿੱਚ ਤੁਸੀਂ ਆਪਣੇ ਤਜਰਬੇ 'ਚ ਗੁਜ਼ਰੇ ਹੋ ਕਿ ਆਰਟਿਸਟ ਦੀ ਕਿਹੜੀ ਜ਼ਿੰਦਗੀ ਐਂਡ ਵਾਲੀ ਜ਼ਿੰਦਗੀ ਕਿਹੜੇ ਤਰੀਕੇ ਨਾਲ ਗੁਜ਼ਰਦੀ ਹੈ ਔਰ ਉਹਨਾਂ ਦੀ ਜ਼ਿੰਦਗੀ ਦੇ ਵਿੱਚ ਉਹਨਾਂ ਕੋ ਜੀਨੇ ਕਿਤਨਾ ਇੱਕ ਰਿਸਪੋਂਸ ਅੱਛਾ ਸੁਣਾ ਸੀ ਇਹ ਤਾਂ ਆਏ ਖਾਨਦਾਨੀ ਪਾਸੇ ਮੰਜ਼ਰ ਵਾਲੇ ਪਾਸੇ ਬੈਠੇ ਆ ਸਿੱਤੇ ਹੁਣ ਸ਼ੁਭਸ ਵਾਲੇ ਪਾਸੇ ਆਉਂਦੇ ਹੈ ਅਤੇ ਕਿਤਨਾ ਇੱਕ ਤੁਸੀਂ ਸਟੇਜ ਦੇ ਡਰਾਮੇ ਇਹ ਵਕਤ ਤੁਹਾਡੇ ਜ਼ਹਿਨ ਦੇ ਉਸ ਵਿੱਚ ਕਿਤਨਾ ਇੱਕ ਸਟੇਜ ਦੇ ਡਰਾਮੇ ਕਿਤਨਾ ਇੱਕ ਸੀ ਡੀ ਦੇ ਜਾਂ ਚੈਨਲ ਤੁਸੀਂ ਕੰਮ ਕਰ ਚੁੱਕੇ ਹੋਏ ਚੈਨਲ ਰੋਈਏ 'ਚ ਮੈਂ ਡਰਾਮਾ ਕੀਤਾ ਹੋਇਆ ਡਰਾਮੇ ਕੀਤੇ ਹਨ ਬਗੈਰ ਵਸੇਬੀ 'ਚ ਕੀਤੇ ਹਨ ਪੀ ਟੀ ਵੀ ਲਾਹੌਰ ਤੋਂ ਕੀਤੇ ਹਨ ਪੀ ਟੀ ਵੀ ਕਰਾਚੀ 'ਚ ਇੱਕ ਪ੍ਰੋਗਰਾਮ ਇਤਵਾਰ ਦੇ ਇਤਵਾਰ ਚੱਲਦਾ ਸੀ ਸੰਡੇ ਬ੍ਰੰਚ ਉਹਦੇ ਖਾਕੇ ਆਉਂਦੇ ਹਨ ਉਹ ਵੀ ਮੈਂ ਕੀਤੇ ਹਨ ਔਰ ਜੀ ਪੀ ਗੋਲਡ ਵਾਲੀਆਂ ਫਿਲਮਾਂ 'ਤੇ ਇਹ ਉਹ ਵੀ ਮੈਂ ਕੀਤੇ ਹਨ ਔਰ ਰੇਡੀਓ ਮੇਰਾ ਬੁਨਿਆਦੀ ਆਈ ਸਕੂਲ ਜਿੱਥੋਂ ਮੈਂ ਤਾਲੀਮ ਕੀਤੀ ਆਈ ਰੇਡੀਓ 'ਤੇ ਇੰਤਹਾ ਕੀਤੇ ਔਰ ਸਟੇਜ ਬੇਸ਼ੁਮਾਰ ਕੀਤੇ ਔਰ ਮੇਰੇ ਕੋਲ ਸਭ ਤੋਂ ਵੱਡੀ ਗਲਤੀ ਇਹ ਥਈ ਹੈ ਪਤਾ ਨਹੀਂ ਆਦਤ ਸਮਝ ਗਈ ਦੋ ਜਾਂ ਗਲਤੀ ਸਮਝ ਗਈ ਦੋ ਜੋ ਮੈਂ ਕਈ ਐਕਟਰ ਨਾਲ ਤਸਵੀਰ ਨਾ ਬਣਵਾਉਂਦਾ ਇਹ ਸੋਚ ਕੇ ਕਿ ਇਹਦੇ ਨਾਲ ਦੁਨੀਆ 'ਚ ਖਿੱਚਵਾਉਂਦੀ ਕਰੀ ਅਤੇ ਮੈਂ ਖਿੱਚਵਾਵਾਂ ਕਿਆ ਮੈਂ ਲੋਕਾਂ ਨੂੰ ਦੱਸਾਂ ਵੀ ਇਹਦੇ ਨਾਲ ਮੈਂ ਕੰਮ ਕੀਤੇ ਮੈਂ ਆਪਣੀ ਪਛਾਣ ਕਿਉਂ ਨਾ ਕਰਾਵਾਂ ਜੋ ਮੇਰੇ ਨਾਲ ਕੋਈ ਫੋਟੋ ਅਤੇ ਇਹ ਗੱਲ ਮੇਰੇ ਕੋਲ ਕੋਈ ਰਿਕਾਰਡ ਨਹੀਂ ਰਹਿ ਗਿਆ ਲੇਕਿਨ ਦੁਨੀਆ ਗਵਾਏ ਜਿਹੜੇ ਜਾਣਦੇ ਨੇ ਅੱਜ ਵੀ ਸਾਡਾ ਪ੍ਰੋਗਰਾਮ ਜੋਕ ਜਿਹੜਾ ਚੱਲਦਾ ਵੀ ਆਈ
उंदे जेहड़े बाहरों बाहर दे शहरां च जेहड़े मेरे एहतरामन इज्जत नाल मेरे गाल मेरा नां गिंदन ते मैं बोडू बोडू बहना ही गाल ते कि दुनिया हारी भी पई मेरी इज्जत करन दी और शायद मेरी इज्जत नहीं मेरे फन दी इज्जत। अच्छा सुनो सिंह जेड़ा पहले से ड्रामा हुंदा आई पहले वाले ड्रामे ते ई ड्रामे को जमीन आसमान दा फर्क है बहुत हुन ना ई ड्रामे को देखण की ते कोई फैमिली आंदी है क्योंकि एक गाने दे और दूजे एक जुगतां भी इहो जियां इंदे बारे तुसां क्या तब्दीली तुसां ॾिठी है ये क्यों तब्दीली इवें थी है और ये क्या आया कि मजीद इंदे च पहले आले स्टेज ड्रामे दी कर बेहतरी आ सकती है या नहीं आ सकती है इवें चलसी। देखो जी वैसे तो ड्रामे बेशुमार मैं कहती कहती डायलॉग क्यों क्यों बोला लेकिन एक ड्रामा मैं ऐसे दसना चाहना जरा ना ही मुश्किल आई टोटल तमाम सीनियर लोगों नाल आई और वो आर्ट्स कौंसल की स्टेज पर भेज दिता जल्द आर्ट्स कौंसल शेरशाह रोड से होंगी आई ये मुल्तान आर्ट्स कौंसल शेरशाह रोड से होंगी ये बात बड़ी आई तो ड्रामा थींदा पिया आई तो ड्रामे का नाम भी मैं भूलता पिया मेरा करैक्टर यह है कि मैं एक यानी इलाके का एक जिम्मेदार हाँ बड़ा वाला और मैं पूरे इलाके को नथ पत की जे कुछ चाहवा थुडे मारा जे कुछ चाहवा थप्पड़ मारा जे कुछ चाहवा कुछ करा वाइड अप दिखाया उन्हें कि मैं को बैठे बैठे डटा जवान थे एक पासा मेरा मरीज गया दुनिया ने उन लेसन को साबित करने वास्ते अपने औलादा को छोर को छोरी को और ड्रामा दिखाया आज तक ड्रामा कोई नहीं देखना था ना बकवास बाजी नहीं बिल्कुल नहीं गाले ते और ड्रामा अपने कुआरी बारी छोरी को गिना दे ड्रामा दिखाने वास्ते तो शायद ये दसने वास्ते कि देखो अगर जरा कहीं गरीब तो जुल्म कर दे अल्लाह उन दिनों ये कुछ कर दे और जरा माँ बाप तो फरमाबरदार नहीं होता उन दिनों ये थी देवी तो उन्हें जब दिखाया कि जरूर वक्त आता है कि मैं जरूर दिन ताक ही दिखा रहा तो दूसरे पास ये वक्त है कि मैं डटा भी हूँ आज मेरी बीवी मेरे को पानी नहीं पीने दी पाई तो पूरी रियाया था मालिक सही जैसे केटते कुत्ते भौंक दिया जोर जोर से तो कहीं जरूरत नहीं थी अंदर आवन की आज अंदर दे इलाके दे लोग अंदर आके दूर दराज तो मेरे को तड़प रहे थे मैंने कोई पानी नहीं ला गया और उत्तर शायद मेरी इतनी हाई थोड़ी मैं कर लेना चाह बैठे आप ही अंदाजा चक्कर है ये मैं डटा थे और मैं यानी बोल नहीं सकता मैं तो आखना कह जाना वो रोटी माफी मंगते माफी मंगते खुशी थी कि अज सारे रल के बड़ा बड़ा लैसन आला ड्रामा आई उधर से परफॉर्मेंस तो बहुत बेहतर ही हाली डायलॉग जो मैं एक मुख्तसर तो आपको एक हूँ जी सही साहब के उन टाइम ये ड्रामे चल दिया सही मतलब है हकीकत दी आकाश जी हकीकत दी आकाश मतलब और आई तो माँ बहन दिया गाली करने देख रहे हैं हाँ जी और उन्हें मामा तो क्या कर रहे
ਜਿਹੜੀਆਂ ਮਾਵਾਂ ਘਰੇ 'ਚ ਬੈਠਣ, ਸਾਰੇ ਜਿਹੜੇ ਭੈਣੀ ਘਰੇ 'ਚ ਬੈਠਣ, ਅਤੇ ਉਹਨਾਂ ਕੋਲ ਸਟੇਜ ਦੇ ਉੱਤੇ ਬਦਤਮੀਜ਼ ਉਹਨੂੰ ਤਾਂ ਪੱਠੇ ਲੋਕਾਂ ਕੋਲ ਹਿਕਮਤ ਕੋਲ ਗੰਦਾ ਖੜੇ ਕਰ ਦਿੰਦੇ ਚੰਦ ਪੈਸੇ ਦੀ ਖਾਤਰ, ਔਰ ਅੱਗੋਂ ਜਵਾਬ ਦਿੰਦੇ ਜੀ ਅਸਾਂ ਕਿਤੋਂ ਕਹੋਂ, ਕਿਤੋਂ ਕਹੋਂ, ਕਿਆ ਕਿਤੋਂ ਕਹੋਂ, ਤੁਸੀਂ ਆਪਣੇ ਭੈਣੀ ਮਾਵਾਂ ਦੀ ਬੇਇੱਜ਼ਤੀ ਕਰਾ ਕੇ ਖਾਂਦੇ ਕਰੋ। ਬਿਲਕੁਲ, ਤਹਿਜ਼ੀਬ ਦਾ ਕਲਾ ਕੰਮ ਕੀਤਾ ਰਹਿੰਦਾ ਪਿਆ, ਤਹਿਜ਼ੀਬ ਕੋ ਰੋਂਦਿਆ ਰਹਿੰਦਾ ਪਿਆ, ਤਹਿਜ਼ੀਬ ਦੀ ਪਾਮਾਲੀ ਦਾ ਅਸਰ ਹਰ ਡਰਾਮੇ ਚ ਦੇਖ ਸਕਦੇ ਹੋ ਤੁਸੀਂ। ਜਿਵੇਂ ਬਿਲਕੁਲ ਬੜੀ ਕਾਸੀ ਕੀਤੀ ਹੈ, ਬੜੀ ਮੰਜ਼ਰ ਨਿਕਲ। ਅੱਛਾ ਮੁਨੀਰ ਸਿੰਘ, ਤੁਹਾਡਾ ਕੀ ਖਿਆਲ ਹੈ ਕਿ ਅਗਰ ਮੌਜੂਦਾ ਸਟੇਟ ਡਰਾਮੇ ਕੋਈ ਤਬਦੀਲੀ ਕੀਤੀ ਵਜੇ ਤਾਂ ਪਹਿਲੇ ਅਲੀਕਾਰ ਫੈਮਿਲੀ ਆਸ ਆਵਿਸ ਹੀ ਦੇਖਣ? ਅਸਾਂ ਸਹੀ ਵਿੱਚੋਂ ਬੜੀ ਕੋਸ਼ਿਸ਼ ਕੀਤੀ ਆਈ, ਮੁਲਤਾਨ ਅਰਸ ਕੌਂਸਲ ਦੇ ਰੀਤ ਅਸਾਂ ਸ਼ੁਰੂ ਕੀਤੀ ਆਈ ਕਿ 8-10 ਡਰਾਮੇ ਜਿਹੜੇ ਅਸਾਂ 5-6 ਦੀਆਂ 'ਚ ਡੂਡੂ ਦੀ ਇੱਕ ਡਰਾਮਾ ਅਸਾਂ ਮੁਫਤ ਫਰੀ ਕਰਕੇ ਪਬਲਿਕ ਨੂੰ ਸੱਦੇ, ਪਬਲਿਕ ਆਈਏ, 700-800 ਲੋਕਾਂ ਦਾ ਸੀਟਾਂ ਦਾ ਹਾਲ ਹੈ ਆਏ ਲੋਕ। ਲੇਕਿਨ ਪਤਾ ਨਹੀਂ ਵੱਲ ਕਿਆ ਥਾ ਜੋ ਉਹ ਪਾਸੇ ਬੁਰਾਈ ਵਾਲੇ ਪਾਸੇ ਰੁਕ ਜਾਂਦਾ, ਉਹ ਕੋ ਬਰਕਰਾਰ ਕੋਈ ਨਹੀਂ ਰੱਖ ਸਕਦਾ, ਕੋਈ ਪ੍ਰੋਡਿਊਸਰ ਵੀ ਉਹ ਡਰਾਮੇ ਕੋ ਨਹੀਂ ਬਰਕਰਾਰ ਰੱਖ ਸਕਦਾ। ਫਰੀ ਚਲਾ ਕੇ ਵੀ ਦੇ ਕੀਤਾ, ਐਕਸਾਈਜ਼ ਹੀ ਮਾਫ ਦੇ ਕੀਤਾ, ਸਭ ਕੁਝ ਦੇ ਕੀਤਾ, ਲੇਕਿਨ ਉਹਦੇ 'ਚ ਯਾਰੀ ਦੋਸਤੀ ਤਾਂ ਨਿਭਾ ਸਕਦੇ ਬੰਦਾ ਡਰਾਮ ਨਹੀਂ ਖਾ ਕੇ। ਸਹੀ, ਯਾਨੀ ਕਮਰਸ਼ੀਅਲ 'ਤੇ 4 ਪੈਸੇ ਲੱਗੇ ਹੋਣ ਤਾਂ ਉਹ ਨਹੀਂ ਮਿਲਦੇ, ਲੇਕਿਨ ਉਹ ਸਭ ਲੋਕ ਹੱਟ ਗਏ। ਇਤਨਾ ਅਰਸਾ ਥੀ ਗਏ ਤੁਸੀਂ ਪੂਰੀ ਜ਼ਿੰਦਗੀ ਸ਼ੋਬਿਸ ਕੋ ਦਿੱਤੀ ਬੈਠੇ ਹੋਏ, ਫਨ ਕੋ ਦਿੱਤੀ ਬੈਠੇ ਹੋਏ, ਕਿਆ ਆਇਆ ਕਿ ਇੰਤਜ਼ਾਮੀਆ ਲੈਵਲ 'ਤੇ ਜਾਂ ਹਕੂਮਤੀ ਲੈਵਲ 'ਤੇ ਵੀ ਤੁਹਾਡੀ ਕੋਈ ਹੌਸਲਾ ਅਫਜ਼ਾਈ ਅੱਜ ਤੱਕ ਕੀਤੀ ਗਈ ਜਾਂ ਨਹੀਂ ਕੀਤੀ ਗਈ? ਜੀ, ਮੈਂ ਕਮ ਅਜ਼ ਕਮ 39-40 ਸਾਲ ਜ਼ਿੰਦਗੀ ਦੇ ਬੜੇ ਸੁਨਹਿਰੀ ਦਿਨ 39-40 ਸਾਲ ਸਹੀ ਔਰ ਵੱਡੇ ਵੱਡੇ ਜਿਹੜੇ ਸਾਡੇ ਇੰਤਜ਼ਾਮੀਆ ਵਾਲੇ ਲੋਕ ਹਨ ਜਿਹੜੇ ਪਹਿਲੇ ਜ਼ਮਾਨੇ ਦੇ ਅਗਰ ਟ੍ਰਾਂਸਫਰ ਥੀ ਗਏ ਕੋਈ ਮੁਲਤਾਨ 'ਚ ਆ ਜਾਏ ਇਹਦੇ ਰੂਟ ਇਹਦੇ ਜਿਹੜੇ ਬਣ ਗਏ ਤੋ ਅੱਜ ਵੀ ਸਾਡੀ ਇਹ ਵੀ ਇੱਜ਼ਤ ਕਰਿੰਦੇ ਨੇ। ਲੇਕਿਨ ਜੀ ਹਾਂ, ਲੇਕਿਨ ਲੋਕ ਨਵੇਂ ਆਏ ਹੋਣ ਤਾਂ ਉਹ ਕਾਰਡ ਵੀ ਜਾਓ ਤਾਂ ਉਹ ਗੰਦੇ ਆਰਡਰ ਸਮਝ ਕੇ ਆਖ ਰਹੇ ਦੇ ਕੋਈ ਸਾਫ਼ ਬੈਠੇ ਹੀ ਨਹੀਂ। ਜੀ ਹਾਂ, ਔਰ ਰਹਿ ਗਈ ਗੱਲ ਕਿ ਸਾਨੂੰ ਕਿਆ ਮਿਲਦੇ, ਅਫਸੋਸ ਹੀ ਹੋਏ ਕਿ ਸਾਨੂੰ 5,000 ਮਹੀਨਾ ਹਕੂਮਤ ਦਿੰਦੀ ਹੈ ਔਰ ਉਹ ਯਾਨੀ 4 ਮਹੀਨੇ ਥੀ ਵਜਣ ਜਾਂ 6 ਮਹੀਨੇ ਥੀ ਵਜਣ, 5,000 ਦੇ ਹਿਸਾਬ ਨਾਲ ਸਾਨੂੰ ਮਿਲਦੇ ਦਿੰਦੇ ਹਨ। ਲੇਕਿਨ ਕਈ ਵਾਰ ਥੋੜ੍ਹੇ ਅਤੇ ਕਈ ਵਾਰ ਜ਼ਿਆਦਾ, ਕਈ ਵਾਰ ਥੋੜ੍ਹੇ ਅਤੇ ਕਈ ਵਾਰ ਜ਼ਿਆਦਾ, ਇਹ ਨਹੀਂ ਸੋਚਦੇ ਕਿ ਯਾਰ ਇਹਦੇ 'ਚ ਕਿਤਨੇ ਲੋਕ ਬਸ ਹਨ ਜਿਹਨਾਂ ਦੇ ਬਾਹਰ ਰੋਟੀ ਨਹੀਂ ਖਾ ਸਕਦੇ ਔਰ ਇਕੱਲਾ ਖੁਦ ਹਾਈ ਕਮਾਉਣ ਵਾਲਾ ਜੋ ਵੀ ਜਾਏ ਗਏ। ਨਜ਼ਰ ਫਰੀਦ ਸਿੰਘ, ਮੇਰੇ ਖਿਆਲ ਤੱਕ ਇਹ 5,000 ਕੋਈ ਇਹ ਕੋਈ ਇਮਦਾਦ ਤਾਂ ਨਹੀਂ, ਇਹ ਤਾਂ ਬਸ ਕਿਉਂਕਿ ਇਹ ਜਿਹੜੇ ਐਕਟਰ ਕਿਤੇ ਫਨਕਾਰ ਕੀਤੇ। ਮੈਂ ਇਹੋ ਗੱਲ ਹੁਣੇ ਕਰਨਾ ਕਰਨ ਵਾਲਾ ਹਾਂ ਸਰਕਾਰ ਹੋਰਾਂ ਕੋ, ਕਿ ਤੁਹਾਡੀ ਜ਼ਿੰਦਗੀ ਦੀ, ਤੁਹਾਡਾ ਸ਼ੋਹਰਤ ਅਤੇ ਤੁਹਾਡਾ ਮਕਾਮ, ਤੁਹਾਡਾ ਦਿਲ ਕੋ ਤਾਂ ਬਾਹਰ ਗਿਆ, ਲੇਕਿਨ ਤੁਹਾਡੇ ਕਿਆ ਢਿੱਡ ਦੀ ਦੋਜ਼ਖ ਕੋ ਬਾਹਰ ਸਕੇ? ਨਹੀਂ, ਬਿਲਕੁਲ ਨਹੀਂ ਬਾਹਰ ਸਕੇ। ਸਦੇ ਈਦ ਤਿਉਹਾਰੀ ਦਿਨ ਹੋਵੇ ਔਰ ਕੋਈ ਖਾਸ ਦੀ ਹੋਵੇ ਜਾਂ ਸ਼ਾਦੀ ਬਰਾਤ ਸਾਰੇ ਪਾਸੇ ਹੋਵੇ ਤਾਂ ਸਾਰੇ ਬਾਲ ਗਰੀਬ ਅਤੇ ਸ਼ੋਧਿਆਂ ਵਾਲਾ ਮੂੰਹ ਬਣਾ ਕੇ ਜਿਹੜੇ ਸਾਰੇ ਦਿਨ ਰਹਿੰਦੇ ਖੜੇ ਹੁੰਦੇ ਹਨ ਅਤੇ ਅਸਾਂ ਸਮਝ ਵੀ ਆਉਂਦੇ ਹਾਂ ਕਿ ਬੇਟਾ ਤੂੰ ਕੁਝ ਆਧਾ ਵੀ ਨਹੀਂ ਪਿਆ ਨਾ, ਤੇਰਾ ਦੇਖਣਾ ਸਾਨੂੰ ਦੱਸੇਦਾ ਪਏ ਜੋ ਸਾਰਾ ਪਿਓ ਸਾਨੂੰ ਦੇਵੇ ਤਾਂ ਸਕੀਸ਼। ਅੱਛਾ ਨਜ਼ਰ ਫਰੀਦ, ਇੱਕ ਇਹ ਮੁਨੀਰ ਸਿੰਘ ਹੋਣੀ ਦਾ ਇਹਨਾਂ ਦੀ ਗੱਲ ਨਹੀਂ, ਇਹ ਹਰ ਸੀਨੀਅਰ ਐਕਟਰ ਨਾਲ ਹੀ ਹੋ ਕੁਝ, ਬਿਲਕੁਲ ਹਰ ਸੀਨੀਅਰ ਐਕਟਰ ਨਾਲ। ਸ਼ਾਕਰ ਸ਼ੇਰਵਾਜ ਸਾਹਿਬ ਦੀ ਇੱਕ ਗਜ਼ਲ, ਉਰਦੂ ਗਜ਼ਲ ਦੇ ਇੱਕ ਸ਼ੇਰ ਯਾਦ ਆਉਂਦਾ ਪਿਆ ਕਿ ਬਟਤੀ ਹੈ ਅਬ ਨਿਆਜ਼ੇ ਉਸਕੇ ਮਜ਼ਾਰ ਪਰ, ਬਟਤੀ ਹੈ ਅਬ ਨਿਆਜ਼ੇ ਉਸਕੇ ਮਜ਼ਾਰ ਪਰ, ਕੁਛ ਰੋਜ਼ ਪਹਿਲੇ ਜੋ ਸ਼ਖਸ ਫਾਕੋਂ ਸੇ ਮਰ ਗਿਆ। ਹਾਏ ਹਾਏ ਹਾਏ, ਇਹ ਅਲਮੀਆ ਹੈ, ਇਹ ਰੀਤ ਹੈ ਸਾਡੇ ਬੇਹਿੱਸ ਇੰਤਜ਼ਾਮੀਆਂ, ਬੇਹਿੱਸ ਲੋਕਾਂ ਦੀ ਜਿਹੜੇ ਇੰਟਮ ਇਕਤਦਾਰ ਵਿੱਚ ਬੈਠੇ ਨੇ ਉਹਨਾਂ ਦੀ ਬੇਹਿੱਸੀ ਦਾ ਆਲਮ ਇਹ ਹੈ ਕਿ ਜਿੰਦੇ ਉਹਨਾਂ ਪੁੱਛਣਾ ਨਹੀਂ, ਪੁੱਛਣਾ ਨਹੀਂ। ਨਸੀਮ ਸੀਮੀ ਮਰਹੂਮਾ ਦਾ ਹਾਲ ਤੁਹਾਡੇ ਸਾਹਮਣੇ ਹੈ, ਲਾਸਟ ਵਕਤ ਤੁਹਾਡੇ ਸਾਹਮਣੇ ਹੈ, ਮਹਿਦੀ ਹਸਨ ਦਾ ਤੁਸੀਂ ਹਾਲ ਲਿਖੇ ਵੇ ਕਿਹੜਾ ਵੱਡਾ ਨਾਂ ਹੈ, ਇਵੇਂ ਬਿਲਕੁਲ ਇਵੇਂ ਉਹਨਾਂ ਦਾ ਆਖਰੀ ਵਕਤ ਤੁਹਾਡੇ ਸਾਹਮਣੇ ਹੈ। ਇਵੇਂ ਹੀ ਮੁਲਤਾਨ ਦੇ ਵਿੱਚ ਬੇਸ਼ੁਮਾਰ ਲੋਕ ਅਸਾਖੀ ਨਾਲ ਲਿਠਣ ਕਿ ਉਹ ਮਤਲਬ ਜ਼ਬੂਹਾਲੀ ਦਾ ਸ਼ਿਕਾਰ ਔਰ ਭੁੱਖ ਅਫਲਾਸ ਵਿੱਚ ਵਕਤ ਗੁਜ਼ਾਰੇ। ਪਠਾਣੇ ਖਾਨ ਸਾਹਿਬ ਦਾ ਆਖਰੀ ਦੌਰ ਤੁਸੀਂ ਅਗਰ ਦੇਖ ਗਏ, ਮੈਂ ਉਹਨਾਂ ਦਾ ਰੋਹੀ ਟੀਵੀ 'ਤੇ ਪਠਾਣੇ ਖਾਨ ਸਾਹਿਬ ਦਾ ਇੱਕ ਇੰਟਰਵਿਊ ਦਿੱਤਾ ਹਾ, ਉਹ ਐਂਕਰ ਉਹਨਾਂ ਕੋਲ ਸਵਾਲ ਕਰਦਾ ਪਿਆ ਹਾ ਕਿ ਕਿਆ ਤੁਸੀਂ ਮੁਤਮਈਨ ਹੋ
कि तुसा जितनी शोहरत हासिल की थी, उतना पैसा भी हासिल किए। उन्हें आखे इो मेरी गल का जवाब है कि मेरी अलमारी है जितने भी अवार्ड पैन शील्डा जितनी जितनी पैन इन्हों की चाओ बोरिया भरो ए अगर मार्केट वेख के अगर मेरे को 20 किलो अट्टे का थैला दे सकती है तो तुसा चाह मेरे को 20 किलो अट्टे की जरूरत है। मतलब कि जिंदगी का शोहरत का एक अपना पूरी दुनिया से ना पैदा करने वाला बंदा अगर 20 किलो आले अट्टे की तलब करें पै वह भी हुक्मराना कने तो तुसा उनका हाल देख यार। नजर फरीद देखो ना, अगर ये शीटा है ए अवार्ड ठीक है ना, अगर उन्हें जीने एक उनकी भुख नहीं पूरी कर सकते अवार्ड का क्या करे सन, उन्हें मरण के बाद क्या करे सन, उन्होंने ढेड की दौजक पूरी नहीं कर सकता, ढेड नहीं भर सकता, ढेड नहीं भरीदा शोहरत नाल, ये एक हकीकत है। इतने अलमिया यह कि जींदियाँ कहीं पुछना नहीं जींदियाँ तुसा एक फुल का गुलदस्ते की मिसाल गिन गिनो कि जिंदगी असा कहीं को उनके हाथ से बांध के नहीं देवना ਕਿ ਉਹ ਖੁਸ਼ ਥੀ ਵਨੇ ਉਹਦੇ ਕਬਰੇ ਤੇ ਚਾਈ ਵਦੇ ਉਸ ਕਬਰੇ ਤੇ ਫੋਲੀ ਚਾਈ ਵਦੇ ਉਸ ਸਟੇ ਦੇ ਵਦੇ ਉਸ ਅਸਾਂ ਉਸ ਦੇ ਨਾਲ ਵਾਲੀ ਦੀਵਾਰ ਦੇ ਨਾਲ ਸਾਡੇ ਬੈਠੇ ਇੱਕ ਬੰਦਾ ਅਸਾਂ ਕੋ ਇੱਕ ਟਾਈਮ ਦੀ ਮੁੰਗਰੀ ਦਾ ਸਾਲਣ ਜਾਂ ਇੱਕ ਰੋਟੀ ਨਹੀਂ ਵਾਂਝ ਕੇ ਦੇਵਣੀ ਜ਼ਿੰਦਗੀ 'ਚ। ਮਰਨ ਤੋਂ ਬਾਅਦ ਉਹਨਾਂ ਦੀਆਂ ਕਬਰਾਂ 'ਤੇ ਅਸਾਂ ਕੁਲਖਾਨੀਆਂ ਹੀ ਕਰਦੇ ਖੜੇ ਹੁੰਦੇ, ਉਹਨਾਂ ਦੀ ਕਬਰਾਂ 'ਤੇ ਨਿਆਜ਼ਾਂ ਹੀ ਵੰਡੇ ਖੜੇ ਹੁੰਦੇ ਹਾਂ ਅਸਾਂ ਸਾਰੇ ਕੋਲ ਉਹ ਨਿਆਜ਼ਾਂ ਬਾਅਦ 'ਚ ਕੀਤੀਆਂ ਕਿਹੜੇ। ਹਾਲਾਂਕਿ ਸਭ ਕੁਝ ਚਾਹੀਦਾ ਤਾਂ ਇਹ ਹੁਣ ਇਹ ਵਕਤ ਜਿਵੇਂ ਜੋ ਸਾਡੇ ਨਾਲ ਬੈਠਣ ਮੁਨੀਰ ਤਾਜ ਸਿੰਘ ਹੋਣੀ ਇਹਨਾਂ ਦੀ ਹਯਾਤ ਦੇ ਵਿੱਚ ਅਸਾਂ ਇਹਨਾਂ ਕੋਲ ਅਵਾਰਡ ਵੀ ਦਿੰਦੇ ਖੜੇ ਹੋ, ਇਹਨਾਂ ਕੋਲ ਤਾਜ ਪੋਸ਼ਾਂ ਹੀ ਕਰਵਾਉਂਦੇ ਖੜੇ ਹੋ, ਇਹਨਾਂ ਦੇ ਨਾਲ ਸ਼ਾਮਾਂ ਹੀ ਕਰਵਾਉਂਦੇ ਖੜੇ ਹੋ, ਇਹਨਾਂ ਦੇ ਨਾਲ ਪ੍ਰੋਗਰਾਮ ਹੀ ਕਰਵਾਉਂਦੇ ਖੜੋ, ਇਹ ਜੀਨੇ ਉਹਨਾਂ ਦੇ ਖੁਦ ਵੀ ਦੇਖ ਕੇ ਵਜਨ ਤਾਂ ਥੋੜ੍ਹੇ ਜਿਹੇ ਰੂਹ ਕੋ ਵੀ ਤਸਲੀਮ ਤਨਜ਼ੀਮ ਆਈ ਐਵਾਰਡ ਦੇ ਨਾਲ ਤਾਜਪੋਸ਼ੀ ਕਰਨ ਵਾਲੀ। ਇੱਥੇ ਤਾਜਪੋਸ਼ੀ ਦਾ ਰਿਵਾਜ ਮੁਲਤਾਨ ਖਾਸ ਤੌਰ 'ਤੇ ਮੁਲਤਾਨ, ਮੈਂ ਵਰ ਵਰ ਮੁਲਤਾਨ ਆਖਸਾਂ ਕਿਉਂਕਿ ਇਹਨਾਂ ਦੇ ਵਿੱਚ ਮੈਂ ਬੈਠਾ ਤੇ ਇਹ ਮੇਰੇ ਚ ਰਿਸ਼ਤੇ ਦੀ ਸਭ ਲਿਹਾਜ਼ਾ ਚਮਕਦਾਰ ਜਿਹੜੇ ਪੰਗੀਆਂ ਲੱਗੀਆਂ ਹੋਈਆਂ ਤੇ ਤਾਜ ਪੋਸ਼ੀਆਂ ਦੀ ਦਿੰਦਾ, ਉਹ ਜਿਹੜੇ 25-25 ਰੁਪਏ ਦੇ ਤਾਜ ਵਿਕਦੇ ਨੇ ਉਹ ਚਾਹ ਕੇ ਪਬਲਿਕ ਦੇ ਸਾਹਮਣੇ ਸਿਰ ਤੇ ਪਾ ਕੇ ਤਾੜੀਆਂ ਵਜਵਾ ਕੇ ਖੁਸ਼ ਦੀ ਵੇਂਦੇ ਨੇ ਕਿ ਸਾਨੂੰ ਤਾਜ ਮਿਲ ਗਿਆ। ਮੇਰੇ ਕੋਲ ਜੈ ਵੀ ਆਖਿਆ ਮੈਂ ਕਿ ਮੈਂ ਤਾਜ ਦੇ ਕਾਬਿਲ ਕਹਿ ਰਹੀ, ਦੂਜੇ ਨੰਬਰ ਦੇ ਉੱਤੇ ਮੇਰਾ ਨਾਂ ਆਪਣਾ ਤਾਜ ਹੈ ਬੇਹਿਸੀ। ਔਰ ਮੇਰੀ ਹੱਥ ਜੋੜ ਕੇ ਇਲਤਜਾ ਹੈ ਕਿ ਇਹ ਆਰਟਿਸਟ ਇਹ ਫਨਕਾਰ ਸਾਰੇ ਵਸੇਬ ਸਾਰੇ ਮੁਲਕ ਦਾ ਅਸਾਸਾ ਹਨ, ਇਹ ਆਰਟਿਸਟ ਇਹ ਫਨਕਾਰ ਅਸੈਂਬਲੀਆਂ ਦੇ ਵਿੱਚ ਤੁਹਾਡੀ ਜ਼ੁਬਾਨ ਤੋਂ ਅਦਾ ਥੀਂਦੇ ਪਏ ਹੁੰਦੇ, ਤੁਹਾਡੀ ਮੁਸਕਰਾਟੇ ਵਾਸਤੇ ਤੁਹਾਡੀ ਖਿਲ ਹੱਸ ਵਾਸਤੇ ਇਸਤੇਮਾਲ ਥੀਂਦੇ ਪਏ ਹੁੰਦੇ, ਜਿਹਨਾਂ ਕੋਲ ਤੁਸੀਂ ਸਾਰੀ ਜ਼ਿੰਦਗੀ ਇਗਨੋਰ ਕਰਦੇ ਹੋ। ਬੱਬੂ ਬਰਾਲ ਦੀ ਜ਼ਿੰਦਗੀ ਜਿਵੇਂ ਮੇਰੀ ਠੀ ਹੈ ਠੀਕ ਹੈ, ਨਾਸਰ ਮਸਤਾਨਾ ਸਾਹਿਬ ਦੀ ਜ਼ਿੰਦਗੀ ਆ ਐਂਡ 'ਚ ਉਵੇਂ ਡਿੱਠੀ ਹੈ, ਬੇਸ਼ੁਮਾਰ ਇਹੋ ਜਿਹੇ ਆਰਟਿਸਟਾਂ ਦੀ ਜ਼ਿੰਦਗੀ ਡਿੱਠੀ ਹੈ। ਖੁਦਾ ਦੇ ਨਾਂ 'ਤੇ ਖੁਦਾਰਾ ਤੁਹਾਨੂੰ ਅਪੀਲ ਇਹ ਹੈ ਕਿ ਜਿਹਦੇ ਇਨਸਾਨ ਦੀ ਕਦਰ ਕਰੋ, ਜਿਹਦੇ ਇਨਸਾਨ ਕੋ ਵੈਲਿਊ ਦਿਓ, ਜਿਹਨੇ ਇਨਸਾਨ ਕੋਈ ਇਤਨਾ ਕੁਝ ਕਮ ਅਜ਼ ਕਮ ਸਾਡੀ ਪਾਕਿਸਤਾਨੀ ਹਕੂਮਤ ਔਰ ਸਾਡੇ ਆਰਟਿਸਟ ਕੋ ਆਖਰੀ ਜ਼ਿੰਦਗੀ ਦੇ ਵਿੱਚ ਕਰ ਵਜੇ ਕਿ ਉਹਦਾ ਆਖਰੀ ਜਿਹੜੇ ਅਯਾਮ ਹਨ ਉਹ ਸੁੱਖ 'ਤੇ ਗੁਜ਼ਰ ਸਕਣ, ਉਹਨਾਂ ਦੀ ਔਲਾਦ ਵੀ ਉਹਨਾਂ 'ਤੇ ਮੁਤਮਈਨ ਹੋਵੇ, ਉਹਨਾਂ ਕੋ ਦਫਨਾਉਣ ਦੇ ਟਾਈਮ ਕਿ ਸਾਡੇ ਬਾਪ ਨੇ ਇਹ ਸਾਡੇ ਕੀਤੇ ਕੁਝ ਕੀਤੇ। ਅੱਛਾ ਨਜ਼ਰ ਫਰੀਦ ਸਿੰਘ, ਇੱਕ ਹੁਣ ਸਾਰਾ ਅਸਾਂ ਸਾਰੀ ਗੱਲ ਸੁੱਟਦੇ ਪਏ ਹਾਂ ਹਕੂਮਤ, ਸਾਰੀ ਗੱਲ ਹਕੂਮਤ 'ਤੇ ਵੀ ਨਹੀਂ ਸੁੱਟਣੀ ਚਾਹੀਦੀ। ਦੇਖੋ ਅਗਰ ਹਕੂਮਤ ਸਾਡੇ ਆਰਟਿਸਟ ਦੇ ਨਾਲ ਸਾਰੇ ਯਾਨੀ ਕਿ ਇਹ ਸਾਡੇ ਸਰਮਾਇਆ ਹਨ, ਅਗਰ ਉਹਨਾਂ ਨਾਲ ਨਹੀਂ ਕਰਦੀ ਤਾਂ ਸਾਕੂ ਵੀ ਚਾਹੀਦੇ ਕਿ ਅਸਾਂ ਵੀ ਚਾਰ ਦੋਸਤ ਰਲ ਕਰੀਏ। ਦੇਖੋ ਹੁਣ ਤੂੰ ਹੈ ਮੈਂ ਜਾਂ ਰਿਜ਼ਵਾਨ ਕਲੰਦਰੀ ਹੈ, ਜਿਹੜੇ ਲੋਕ ਈ ਵਕਤ ਕੰਮ ਕਰਦੇ ਪੈਣ ਜਾਂ ਕੰਮ ਦੀਆਂ ਚ, ਹੁਣ ਸਾਕੂ ਚਾਹੀਦਾ ਹੈ ਕਿ ਅਸਾਂ ਮੁਨੀਰ ਤਾਜ ਨਾ ਕਰੇ ਹਕੂਮਤ ਜੀ, ਪਹਿਲੇ ਤਾਂ ਉਹ ਕਰਨਾ ਚਾਹੀਦੇ, ਉਹਨਾਂ ਕੋਲ ਅਸਾਂ ਇਲਤਮਾਸ ਕਰੇ ਨੇ ਉਹਨੂੰ ਕਰਨਾ ਜੀ, ਅਗਰ ਉਹ ਨਾ ਕਰਨ ਤਾਂ ਸਾਡਾ ਹੱਕ ਬਣਦੇ ਮਜਬੂਰੀ ਚ ਮੈਂ ਕਹਿੰਦੇ ਗੁਹਾਤ ਫੈਲਾਇਆ ਵੀ ਹੋਵੇ, ਇਹ ਗੱਲ ਮੈਂ ਤਾਇਦ ਕਰੇ ਨਾ ਫੈਲਾਇਆ ਵੀ ਹੋ ਸੀ, ਲੇਕਿਨ 15 ਜਾੜੇ 10 ਜਾੜੇ 16 ਜਾੜੇ 8 ਜਾੜੇ ਮਹੀਨਾ ਅਸਾਂ ਕਿਤੋਂ ਲੰਘਦੇ ਪਏ ਤੇ ਸਭ ਕੁਝ ਚਾਹ ਵਾਸਤੇ ਸਰੀਦਾ ਪਿਆ, ਚਾਹ ਫਿਰ ਆ ਕੇ ਹਾਲ ਪਿਆ ਕਿਤੇ ਸੁਣਾ ਯਾਰ ਪਿਛਲੇ ਦਿਨ ਕੀ ਹੋਇਆ ਸੀ, ਤੂੰ ਕਿਉਂ ਉਸ ਬੰਦੇ ਕੋਲ ਜਾ ਕੇ ਹੱਥ ਫੈਲਾਇਆ ਤੇ ਵੀ ਮੈਨੂੰ ਪੈਸੇ ਦੀ ਜ਼ਰੂਰਤ ਹੈ ਤੇ
میرے بچے بھوکے بیٹھے رہے، سارے دل کو بڑی تکلیف تھی تھی. ہوئے 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 ہوئے. جبکہ اوندا میرا اے اک ہن اللہ تے اللہ دے درمیان آئی، لیکن انہیں اپنے آپ کو بڑا اکھوایا مہان بندا پیا اے، بے فلاں بندا میرے کولو آئے میں اوندی مدد کیتی اے، مہان بندا پیا اے. اس وقت دل کرے دا کہ بندا مر ونجے بہتر اے نہ منگے وی نو. بالکل جہاں تک لیا کہ حکومت حکومت پلو تو نہیں دیندی، حکومت کو باہر دے ملکاں دا اتنا اتنا پیسہ آیا پیا ہوندا انٹرٹینمنٹ واسطے. جی جی انٹرٹینمنٹ واسطے تو سوچ نہیں سکدے. اچھا مرچے یہ ہے کہ اساں ٹھیک ہے حکومت تو کریندی ہے، انتظامیہ لیول تے، ضلع لیول تے، تحصیل لیول تے، صوبے لیول تے، یہ سارے ثقافت دے فنڈ ہونے ہیں، سارے اداکار ہیں کتے فنڈ ہونے ہیں جیڑے کہ اتوڑ تک حقدار تک نہیں پہنچ دے. نہیں پہنچ دے بلکل صحیح. ایک پروگرام اچ بھی گزارش کر گیا ہم رزاق بھائی کے اتھے ملتان دے ایک مقامی وڈے ہوٹل دے وچ ایک تقریب آئی، اندے وچ میں انہاں لوکاں دا نام نہیں گننا چاہندا، حکمران طبقے دا تقریباً سارے جنوبی پنجاب دا ہر ایم این اے موجود ہے، سارے دانشور موجود ہن سارے. اندے وچ ایک موصوف نے یہ گل اناؤنس کیتی ہے کہ تواکو پتہ ہی کہ نہیں کہ آرٹسٹ فنکاراں واسطے تہاڈا بجٹ کتنا رکھا ویندا پے. آج تک کوئی بھی دانشور اتھے سرائیکی وسیب دے جڑے بیٹھن سکو ڈا ساویں کہیں بندے کو بھی کوئی نہیں پتا. اصا وہ پروگرام دے وچ موجود آسے، وہ میٹنگ دے وچ موجود آسے، تے وہ موصوف نے آکے کہ 6 ارب روپیہ تہاڈا سالانہ بجٹ صرف آرٹسٹ واسطے رکھا پنجاب دا، پنجاب دا صرف پنجاب دا 6 ارب روپیہ فنکاراں شعرا اور آرٹسٹ واسطے رکھا ویندا پے. گل یہ ہے کہ جڑا درباری طبقہ بیٹھے نا، جڑے ساڈے اتھے ساڈے اندر بھی گروہ بیٹھے ہیں، اساں انتظامیہ تک تک آواز جلے تک وی یار کھان دیتا اساں اپنے آپ کو پئے ہیں نا، جڑے اگو بیٹھے تھے بکوڑا ہے سچا ہے اون دے تک آ گئے او گم میں. بالکل میں اون اگلے حقدار تک منجن نہیں دیتا، او حقدار تک تا بعد وچ ویسی پہلے تا لسٹ بندی ہے منظور نظر لوگان دی، منظور نظر لوگان دی لسٹ تیار تھی دی بھی اے فنڈ ان کو خرد برد کیڑے طریقے نال کرنے، منظور نظر لوگان کو نوازیا ویندے ہوں تو بعد ڈٹھا ویندے بھی کتنا ایک بجٹ بچے ہی کو اگر 2-2 ہزار سروائیو کر سکدے ہیں تو سارے کو کرو کرو، حالانکہ 2-2 ہزار دی جگہ تے 2-2 لاکھ روپیہ ہوں فنکار دا بندا پیا ہوندے جڑا ایتھو تک پہنچ دے پہنچ دے 2 ہزار دی شکل اختیار کر ویندے. اے اصل گل اے، ہی خامی کو دور کرن واسطے سب تو وڈی جڑی کمزوری ساری لوگان دی نا، ساڈا آرٹسٹ ایسوسی ایشن دا شعبہ ہوئے، ساڈا شہراں دا شاعراں دا شعبہ ہوئے، ساڈا سماجی شعبہ ہوئے، اتفاق دا نہ ہوئے جڑا کہ او سارے وچ کہیں نہیں، ساڈے وچ کہیں نہیں، اتفاق دا نہ ہون سب تو وڈی ساری کمزوری ہے. میں دے دا ایتھے دا آرٹسٹ کٹھے تھی ونے، ٹھیک ہے اپنا مطالبہ اگلیاں دے سامنے رکھیں، ٹھیک ہے میں دے دا پورا تھیندا نہیں تھیندا بس، لیکن المیہ اے ہے کہ او ڈاہ کیویں تھی سن، او ڈاہ جو نہ تھی سن نہ تھی سن نہ او ہی میں کہ ایک ایک کر کے انا ہائر کرنے، ایک ایک کر کے ایک ایک کو مطمئن کر کے علیحدہ علیحدہ ٹور دے ہونے. بس اچھا سن سے اسا اپنے گال کو مکینے ہوئے کہ اچھا ای وقت جڑا ہے ہن ای عمر دے وچ اج کل تساں شوبے وچ کیڑے چینل تے کیا کام کرنے پئے ہو؟ سنیا کہ تساں اپنا وی چینل بنایا ہوئے بہاول ٹی وی دے نال نال. میرے بہاول ٹی وی میرا اپنا چینل ہے، بہاول میرے والد صاحب دے نال ہی، میں اپنے والد صاحب دے نال تو رکھے کہ کل مارتا سبھی وجنے. لیکن سارے سب تو بڑی مصیبت ہے سارے سرائکی ہیں کہ ساری نسل جی میں ودھدی ودھدی ہے وہ پچھو نانے کو بھول پی نانے کو بھول پی وال پیو کو بھول پی. لیکن میں ہی گل رکھے کہ متا 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 جنر تک یہ بہاول ٹی وی چلے پہ، کوئی تو میرا میری نسل چھوئی پوچھی سے نا کہ بہاول ٹی وی کون آئی، بہاول دسے سنگھ جو کون آئی، میں باپ دا نام زندہ رکھنا واسطے سب کام کیتے، میں کو اپنے واسطے کوئی ضرورت نہیں، میں کو اپنے باپ دا نام پیارا آئی جس دا میں بیٹھا ہوں، یہ وجہ سے. اور مرشد آخر دے وچ سارے ناظرین کو نہیں اج کل اصا یہ بھی سن رکھنے ہیں اپنا نظر فری بدلا تے مو گل سن پیا کہ اے پروگرام ہے جو فیس بک تے دے ہیں، یوٹیوب تے بھی دے دے ہیں، جھوک ٹی وی دے پروگرام بٹ کڑاک دے وچ بڑے تساں بن ٹھن کریں آئے پہ راندے ہو ہیں سہی اج اے گل تساں کیتی ہن دیکھو تساں میری ہسٹری ہسٹری پوچھی تو میں کیوں بیٹھا ہوں جو دو طرح خاصا میری زندگی سے ہی کہنا اور ایک دم تو بٹ کڑاک کی گال کی تھی کو ہنسا آ گیا اور اس بار کلندر چمکے میرا اپنا بال ہے
ਬਾਦ ਜ਼ਹਿਨ ਦੇ ਉੱਤੇ ਮੇਰਾ ਉਸਤਾਦ ਹੀ ਬਣਦਾ ਨਹੀਂ ਰਿਜ਼ਵਾਨ ਬਾਦ ਸਿਰਫ ਉਸਤਾਦ ਹੀ ਬਣਦਾ ਬਾਦ ਸਿਰਫ ਰਿਜ਼ਵਾਨ ਕਲੰਦਰ ਗਿਆ ਸਾਨੂੰ ਰੁਕਾ ਨਹੀਂ ਨਹੀਂ ਤੁਸੀਂ ਸਾਰੀ ਬਾਲ ਨਾ ਫਰੀਦ ਬੋਦਲਾ ਹੈ ਮੈਂ ਆ ਤੁਸੀਂ ਤੁਸੀਂ ਤਾਂ ਬਾਲ ਹੋ ਉਹ ਬਾਲ ਹੈ ਨਾਲ ਵਿੱਚ ਵੀ ਇੱਕ ਦਾ ਲਾੜੜਾ ਹੁੰਦੇ ਨੇ ਲਾੜੜਾ ਹੁੰਦੇ ਪਰ ਉਸਤਾਦ ਹੀ ਬਣ ਜਾਂਦੇ ਹੋ ਅੱਛਾ ਉਸਤਾਦ ਹੀ ਬਣ ਜਾਂਦੇ ਬਣ ਜਾਂਦੇ ਜੇ ਤੇ ਮੈਂ ਸ਼ਾਗਿਰਦ ਬਣ ਕੇ ਆਤਰਾ ਜੋੜਾ ਚੈਨ ਨਹੀਂ ਆਉਂਦਾ ਉਹ ਜੀ ਇਸ ਖੁਸ਼ ਦੀ ਹੁੰਦੇ ਨਾ ਨਹੀਂ ਇਹ ਸਾਰੇ ਉਹ ਖੁਸ਼ ਕਰਨਾ ਸੀ ਮੁਹੱਬਤ ਦੇ ਤਕਾਜ਼ੇ ਖੁਸ਼ ਕਰਨਾ ਹਰਾਲ ਹੈ ਸਾਰਾ ਫਰਜ਼ ਬਣ ਵਾਹ 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 ਉਹ ਦੋ ਚੈਨ ਨਾਲੇ ਤੇ ਉਹਨੇ ਮੇਰੇ ਕੋਲ ਸੱਦ ਕੇ ਮੇਰਾ ਖਿਆਲ ਹੈ ਆਪਣੇ ਵੱਲੋਂ ਤਾਂ ਜਿਵੇਂ ਇੱਕ ਦੋ ਪ੍ਰੋਗਰਾਮ ਕਰਾਇਆ ਨਹੀਂ ਚਲੋ ਦੇਦੇ ਵੀ ਇਹ ਬਾਬਾ ਸੁਣੇ ਦਾਣੇ ਮੁੱਕੇ ਵਧਣ ਬਾਬਾ ਮੁੱਕੇ ਵਧੇ ਹਰ ਕੋਈ ਆਦੇ ਨਾ ਜਿਵੇਂ ਲੋਕ ਉਹਨੇ ਅਗਰ ਦੇਦੇ ਜੋ ਬਾਬਾ ਮੁੱਕੇ ਵਧੇ ਤਾਂ ਘਰ ਭੇਜੇ ਸੂ ਹੱਥ ਵਿੱਚ ਚੱਲ ਸੂ ਪਏ ਲੇਕਿਨ ਮੈਂ ਇਹ ਤਿਆਰੀ ਚ ਆਇਆ ਕਿ ਕਹਿੰਦੇ ਯਾਰ ਅੱਜ ਇਹ ਬਾਬਾ ਐਸਾ ਕੰਮ ਕਰ ਰਹੇ ਸੀ ਜੋ ਈ ਬਟ ਕਲਾਕ ਦੀ ਆਪਾਂ ਇੱਕ ਜ਼ਰੂਰਤ ਪੜੋ ਸੀ ਉਹ ਐਸਾ ਸਿਸਟਮ ਹੈ ਬਰਕਰਾਕ ਆਉਂਦੇ 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 ਇਹ ਨੌਬਤ ਦੇ ਆ ਕੇ ਜੋ ਅੱਜ ਅਸਾਂ ਨਵਾਂ ਐਪੀਸੋਡ ਕਰ ਬੈਠੇ ਸੁਣੋ ਸੀ ਇਹ ਤੁਸੀਂ ਜ਼ਰੂਰਤ ਹੀ ਵੇ ਕਿਉਂਕਿ ਪਿਛਲੇ ਜਮਾਰੇ ਮੈਂ ਗਿਆ ਦਮ ਕੋਟ ਤੋਂ ਤਾਂ ਉਹ ਤਾਂ ਦੋ ਚਾਰ ਦੋਸਤ ਇਕੱਠੇ ਥੇ ਬੈਠਿਆਂ ਨੂੰ ਇਹੀ ਤਜ਼ਕਰਾ ਛਿੜਦਾ ਪਿਆ ਯਾਰ ਸਰੇ ਕਿ ਉਹ ਆਪਣਾ ਜੋਕ ਟੀ ਵੀ ਦੇ ਉੱਤੇ ਜਿਹੜਾ ਬਟ ਕਲਾਕ ਵਾਲਾ ਪ੍ਰੋਗਰਾਮ ਆਉਂਦੇ ਕਮਾਲ ਦਾ ਪ੍ਰੋਗਰਾਮ ਹੈ ਕਮਾਲ ਦਾ ਪ੍ਰੋਗਰਾਮ ਹੈ ਮੇਰੇ ਮਤਲਬ ਉਸ ਜ਼ਰੂਰਤ ਆਪਣੀ ਹਦੂਦ ਤੱਕ ਕਿ ਯਾਨੀ ਸਾਡੇ ਅੰਦਰ ਦਾ ਰਾਜਾ ਖੁਸ਼ ਹੈ ਅਸੀਂ ਇਮਾਨਦਾਰੀ ਨਾਲ ਕੰਮ ਕਰਦੇ ਪਏ ਮੈਂ ਨਹੀਂ ਦੇਦਾ ਇਹ ਬੰਦਾ ਕੌਣ ਹੈ ਕੌਣ ਨਹੀਂ ਮੈਂ ਉਹ ਕਲੰਦਰੀ ਦੀ ਵਜ੍ਹਾ ਨਾਲ ਹਰ ਆਉਣ ਵਾਲੇ ਮਹਿਮਾਨਾਂ ਨੂੰ ਦੇਖ ਕੇ ਸਭ ਬੈਠੇ ਹੁੰਦੇ ਮੈਂ ਨਹੀਂ ਫਰਕ ਰੱਖਦਾ ਕਿ ਈਗੋ ਸ਼ਾਬਸ਼ ਨਾ ਦੇਵਾਂ ਜਾਂ ਇੱਦਾਂ ਦੇ ਤਾਲੀ ਲਵਾਂ ਜਾਂ ਇਹਦੇ 'ਤੇ ਫੁੱਲ ਨਾ ਸੱਟਾਂ ਉਹ ਕਲੰਦਰੀ ਦੀ ਇੱਜ਼ਤ ਬਾਅਦ 'ਚ ਉਹ ਕਲੰਦਰੀ ਦੇ ਮੇਰੇ ਰੱਖਣ ਨਾਲ ਮੇਰੀ ਔਰ ਇਹ ਵਕਤ ਦੋ ਹੀ ਪ੍ਰੋਗਰਾਮ ਚੱਲਦੇ ਪਏ ਨੇ ਜੋਕ ਟੀ ਵੀ ਦੇ ਉੱਤੇ ਬਟ ਕੜਾਕ ਸਹੀ ਹੋਣੀ ਦਾ ਚੱਲਦਾ ਪਏ ਤੇ ਬਹਾਵਲ ਟੀਵੀ ਤੇ ਉਤੇ ਮਜ਼ਾਹੀਆ ਰੰਗਬਾਜ਼ੀ ਰਿਜ਼ਵਾਨ ਕਲੰਦਰੀ ਦਾ ਚਲਦਾ ਪਿਆ ਜੀ ਹਾਂ ਜੀ ਮੈਂ ਹੁਣੇ ਸ਼ੁਰੂ ਕੀਤੇ ਹੁੰਦੇ ਚ ਜੀ ਇਹਦੇ ਚ ਮੇਰੀ ਟੋਨ ਬਦਲੀ ਹੁੰਦੇ ਚ ਕਲੰਦਰੀ ਦੀ ਟੋਨ ਬਦਲੀ ਹੋਈ ਹੈ ਔਰ ਕਲੰਦਰੀ ਦੀ ਟੋਨ ਮੈਂ ਬੜਾ ਖਿਲਵਿੰਦੀ ਹੈ ਮੈਂ ਜਦੋਂ ਖਿਲਦਾ ਬਾਜ਼ੋ ਕਾਸ ਹਾਲੇ ਅੱਜ ਕੋਲ ਸ਼ੁਰੂ ਥਈ ਔਰ ਟੋਨ ਔਰ ਮੈਂ ਸਮਝਦਾ ਕਿ ਬਲਕਿ ਮੈਨੂੰ ਯਾਦ ਆ ਗਿਆ ਅੱਜ ਪਹਿਲਾ ਐਪੀਸੋਡ ਗਿਆ ਤੁਹਾਡਾ ਆਈ ਤੁਸੀਂ ਸ਼ਾਇਦ ਨਹੀਂ ਦਿੱਤਾ ਤੁਸੀਂ ਗੌਰ ਨਾਲ ਸਵੇਰੇ ਲਿਖਾਈ ਜਾਂ ਹੁਣੇ ਲੇ ਕੇ ਲੈ ਪ੍ਰੋਗਰਾਮ ਤੋਂ ਬਾਅਦ ਤੁਹਾਡਾ ਜੀ ਮੈਂ ਤਾਂ ਬੜਾ ਖੁਸ਼ ਸੀਗਾ ਲੇਕਿਨ ਜੀ ਲੋਕ ਮਸ਼ੀਨਾਂ 'ਤੇ ਬਹਿ ਕੇ ਕੰਪਿਊਟਰ 'ਤੇ ਬਹਿ ਕੇ ਕਹਿ ਕੇ ਗਿਣਦੇ ਨੇ ਲਾ ਦਿੰਦੇ ਨੇ ਹੁਣ ਗਾਹ ਲਈਏ ਅੱਛਾ ਯਾਰ ਇਸ ਗਿਣ ਕੇ ਤਾਂ ਆਪਾਂ ਕੁਛ ਦੇਣੇ ਸਿਰ ਦਰਦ ਦੀ ਖਾ ਗਈ ਸੀ ਇਹ ਸਭ ਕੁਝ ਲੜੀ ਪਈ ਹੈ ਇਹ ਸਭ ਕੁਝ ਲੜੀ ਪਈ ਹੈ ਮਾਂ ਤਾਂ ਮਜ਼ਾਕ ਵੀ ਠੀਕ ਆ ਨਾਲ ਮਸ਼ੀਨ ਦੀ ਖੇਲ ਆ ਗਈ ਬਈ ਅਸੀਂ ਕਿਹੜੀ ਕਮੇਡੀ ਠੀਕ ਗਈ ਉਹ ਚੱਲਦੀ ਪਈ ਹੈ ਸਾਡੇ ਹੁੰਦੇ 'ਚ ਐਕਟਰ ਆਪ ਹੀ ਖਿਲਦਾ ਪਿਆ ਅਸਾਂ ਵੀ ਖਿਲਦੇ ਪਏ ਅਸਾਂ ਉਹ ਰੀਅਲ ਖੇਲ ਰੱਖੀਏ ਇਹ ਸੋਚ ਕੇ ਕਿ ਇਹ ਖੇਲ ਨਾਲ ਖੇਲ ਆ ਸਕਦੀ ਹੈ ਲੇਕਿਨ ਦੋ ਨੰਬਰ ਕੰਮ ਨਹੀਂ ਕਰਨਾ ਇਹ ਸੋਚ ਅੱਛਾ ਮੁਰਸ਼ਦ ਤੁਸਾਂ ਇਹ ਵਕਤ ਕਿਆ ਪੈਗਾਮ ਨੇ ਟੀ ਵੀ ਸਰੇਕੀ ਵਸੇਬ ਟੀ ਵੀ ਚੈਨਲ ਦੇਖਣ ਵਾਲੇ ਕੋ ਕਿਆ ਪੈਗਾਮ ਦੇਸੋ ਅਤੇ ਦੂਜੀ ਗੱਲ ਹੈ ਕਿ ਜਿਹੜੇ ਇਹ ਵਕਤ ਸਰੇਕੀ ਡਰਾਮਾ ਚੱਲਦਾ ਪਏ ਸਟੇਟ ਡਰਾਮਾ ਉਹਨੇ ਕਿਤੇ ਤੁਸੀਂ ਕਿਆ ਪੈਗਾਮ ਦੇਣਾ ਚਾਹੋ ਨਵੇਂ ਐਕਟਰਾਂ ਕਿਤੇ ਕਿਆ ਪੈਗਾਮ ਦੇਣਾ ਚਾਹੋ ਇਹ ਪੈਗਾਮ ਜ਼ਰਾ ਤੁਸਾਂ ਮਤਲਬ ਗੱਲ ਦਾ ਇਹ ਕਿ ਤੁਸਾਂ ਸਰ ਜੀ ਦੇਖੋ ਤੁਸਾਂ ਅੱਜ ਮੇਰੇ ਕੋਲ ਅਖਵਾ ਜੋਗੇ ਬੇਟਾ ਹੋਸ਼ ਕਰੋ ਚੰਗੇ ਡਰਾਮੇ ਕਰੋ ਚੰਗੇ ਡਾਇਰੈਕਟਰ ਦੇ ਕਰੋ ਔਰ ਮਾਂ ਭੈਣ ਦਾ ਮਜ਼ਾਕ ਨਾ ਉਡਾਓ ਔਰ ਕੋਈ ਐਸੀ ਗੱਲ ਨਾ ਕਰੋ ਜਿਹੜੀ ਸਾਡੇ ਪਤਾ ਨੀ ਅੱਲਾ ਜਾਣੇ ਪਿਓ ਦਾ ਖੂਨ ਸਾਰੇ ਕੋਈ ਇਹੋ ਜਿਹਾ ਵੜਿਆ ਆਈ ਅੱਜ ਤੱਕ ਨਾ ਕੰਮ ਕੀਤੇ ਕੋਈ ਬੰਦਾ ਸਾਬਿਤ ਕਰਕੇ ਸਾਡੇ ਸਾਹਮਣੇ ਆਵੇ ਸਿਰ ਲਾਵਾਂ ਹੁਣ ਤਿਆਰਾਂ ਗੱਦੇ ਕਪਵਾਰੇ ਸਾਨੂੰ ਧਿਆਨ ਨਾਲ ਸੀ ਅਗਰ ਉਹ ਆਖੇ ਕੋਈ ਧੰਦਾ ਕੋਈ ਕੰਮ ਕੋਈ ਅਜਿਹੀ ਗੱਲ ਵਰਨਾ
اکسی اثر فنکار ہوتا یہ تھی کہ اسٹیج تے کھڑے سامنے آ رہی جو بندہ لیتا بیٹھے اشارے نال بالکل پوچھتا پہ بھی یہ کون وہ دسے دا پہ میں ان موبائل نمبر میرے کو میں تے بعد دے دسو ول چلو جی ماشاءاللہ بہت خوشی محسوس تھی بہت خوشی تھی اج سارے واسطے اعزاز دی گل یہ کہ اساں تو پہلو ایک رہ کے پروگرام پروان کیتے سے سڑی ایڈی عمر کہ نہیں جتنا تو زندگی دا تجربہ ہے نظر فرید میرے خیال تھی پروگرام دا ویلا بھی ختم تھی ون والا ہے تے کافی ٹائم گزر کے سی ہن کول اجازت گنسوں جی لیکن آخری پیغام تو رہندا پیسرے کی جھوک ٹی وی کیتے دیکھن والے کیتے وہ پیغام دسو سر کی جھوک ٹی وی واسطے جی ٹھیک ہے اے سر سر کی جھوک ٹی وی جڑا شروع تھا ہے تے جھوک ہی دئی ہے نا کلندری دا بھی جی ہاں ایک سرح کی جھوک پر ہے میں صرف اور صرف چلو میں تھوڑا آخا من کے ہے کوئی پیغام دے بانا میں کو بھی پتہ ہی دیتے من نہیں تھی ہونا یہ ہاتھ بدھے دے دیکھنے جڑے نئے فنکار آنا چاہتے وہ گھروں جلے ڈرامے دی ریہرسل تے وجن وہ اپنی اگر ماں ستی پی رہے ہیں تو پیروں سے ہاتھ لا کے تو لگیا آ کے کریں ریہرسل تو ریہرسل تو بعد جو اداکاری کے میدان کھڑے ہو سننا واسطے فتح ہی فتح کہ ماں کو پتہ کیا نہیں اندر پیروں سے ہاتھ رکھ کے عبادت کر کے میں پہ بندہ اللہ اتنے گواہ کہ انہیں اپنے اسٹیج کو عبادت سمجھی اور اگر تھنو ہی ہو بدتمیزی کرنے لگ پی سی چار مہینے چھ مہینے اٹھ مہینے سال ڈیڑھ سال دو سال کے بعد اندر اتنے بھی ویلا ہو جانے کہ کہیں نے ترس کر کے 50 روپے نہیں دے ہونا صحیح اچھا مرشد کوئی آخری خواہش جڑے تہاڈے من دی ہوے کہ اے اللہ پاک میں کو پہلے موت نہ دے وی میں شوبز دے وچ اے کم کر ونجا میری خواہش زندگی دی کوئی حسرت دل نے چالی ودی ہوے میں عمر ہی کر کے آں تے میری آخری پہلی اور آخری حسرت یہ ہے کہ یا اللہ او عمرہ میں کر ضرور آیا لیکن جی میں عمرہ کرن والے لوگ ویندن تے عمرہ کر کے لگے آندن تے عبادت کرن تے جتنی دیر ٹھہرنا ہوندا کرن ہن میرے اندر سکھ یہ ہے کہ بے شک لوٹ کے واپس تیرے کول آونے جڑے آونے تیرے کول ہوئے تے ان دنیا دا حساب تا سلے نہیں سے سکتے ان دنیا دا کچھ ہی ایسا نہیں کیتا او کم جد واسطے ان دنیا تے بھیجی آوی لہذا ہک ہوئی ولا میں کو عمرہ نصیب کر چا میں عمرے چنگی طرح منا چاہ جی اولاد اپنے پیو ماں کو بنے گی تو شاید میں بخشیش کے قابل تھی ورنہ ورنہ بس اللہ معاف کرے اللہ تھی دو سخت دی بھاگ کو اللہ معاف کرے چولہے چ انگارا پیوں دے ہاتھ نال انگارا نہیں سن چا سکتے دو سخت دی بھاگ تو بڑی دور دی گل جی پیارے دوستو یہ ہن سرکار منیر تاج سی ہونی جنہیں جا پیارا خوبصورت تے تلخ حقیقت گالیں سنتے بیٹھے آسے گپ شپ کرندے بیٹھے آسے دوستو ایکٹر دی اندر دی کہانی یہ اصل ہوندی ہے جڑے منیر تاج سی ہونی سنائی ہے جڑے تساں ایکٹر کو دے وے وہ اندروں ایویں کہہ نہیں ہوندا یہ تہاڈے کتے ایویں ہوندے جڑا ایکٹر تہاڈے کتے ایویں ہوندے وہ اندروں ای ہوندے جی میں منیر سنگھ ہونی دسے ہوں اور ای وقت ایک شام منیر تاج سنگھ دے نام ای پروگرام دا ویلا ہن ختم تھی ون والے اپنے میزبان عبدالرزاق زاہد تے نظر فرید بودلہ سی ہونے کو دسو اجازت اللہ سونے دے حوالے